ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਪ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਅੱਜ ਦੀ ਕਲਾਸ ਲੈ ਕੇ ਅੱਜ ਤੋਂ ਆਪਾਂ ਇੱਕ ਸੀਰੀਜ਼ ਸਟਾਰਟ ਕਰਨ ਲੱਗੇ ਆ ਮੈਥਮੈਟਿਕਸ ਇਨ ਪੰਜਾਬੀ ਪੰਜਾਬੀ ਦੇ ਵਿੱਚ ਆਪਣਾ ਮੈਥ ਹੋਏਗਾ ਠੀਕ ਹੈ ਜੋ ਕਿ ਪੀ ਟ੍ਰਿਪਲ ਐਸ ਵੀ ਕਲਰਕ ਐਫਸੀਆਈ ਵਾਚਮੈਨ ਪੰਜਾਬ ਪੁਲਿਸ ਤੇ ਜਿਹੜੇ ਵੀ ਪੇਪਰ ਕੈਂਸਲ ਹੋਏ ਸੀ ਤੇ ਜਿਹੜੇ ਅੱਗੇ ਹੋਣੇ ਨੇਗੇ ਠੀਕ ਹੈ ਉਸ ਤੋਂ ਬਿਨਾ ਆਲ ਅਦਰ ਐਗਜ਼ਾਮ ਨੇ ਜਿਹੜੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋਣੇ ਨੇ ਪੀ ਐਸ ਟੈਟ ਸੀ ਟੈਟ ਐਚ ਟੈਟ ਜਾਂ ਹੋਰ ਕੋਈ ਵੀ ਐਗਜ਼ਾਮ ਹੈਗਾ ਉਹਨਾਂ ਦੇ ਵਿੱਚ ਮੈਥ ਆਉਂਦਾ ਹੀ ਆਉਂਦਾ ਹੈਗਾ ਮੈਥ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਫਾਰਮੂਲਿਆਂ ਦੇ ਵਿੱਚੋਂ ਹੀ ਆਂਦੇਗਾ ਠੀਕ ਹੈ ਤਾਂ ਆਪਾਂ ਉਹਨਾਂ ਨੂੰ ਸਭ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਆਪਾਂ ਇੱਕ ਪ੍ਰੈਕਟਿਸ ਸੀਰੀਜ਼ ਦੇ ਰੂਪ ਦੇ ਵਿੱਚ ਆਪਾਂ ਇਸ ਨੂੰ ਸੀਰੀਜ਼ ਨੂੰ ਲੈਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਇੱਕ ਵਾਰ ਵੈਸੇ ਆਪਣਾ ਮੈਥ ਕੰਪਲੀਟ ਹੋ ਚੁੱਕਾ ਹੈਗਾ ਆਪਣੇ ਚੈਨਲ ਦੇ ਉੱਤੇ ਪਲੇਲਿਸਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਉੱਥੋਂ ਲੈ ਕੇ ਤੁਸੀਂ ਜ਼ੀਰੋ ਲੈਵਲ ਤੋਂ ਆਪਣਾ ਮੈਥ ਹੋਏਗਾ ਠੀਕ ਹੈ ਜਿਹੜੇ ਬੱਚੇ ਮੈਚ ਦੇ ਵਿੱਚ ਬਿਲਕੁਲ ਕਮਜ਼ੋਰ ਨੇ ਉਹ ਜਾ ਕੇ ਆਪਣੀਆਂ ਕਲਾਸਾਂ ਨੂੰ ਦੇਖ ਸਕਦੇ ਨੇ ਵੈਸੇ ਆਪਾਂ ਇਸ ਸੀਰੀਜ਼ ਦੇ ਵਿੱਚ ਵੀ ਜ਼ੀਰੋ ਲੈਵਲ ਤੋਂ ਹੀ ਕਰਾਂਗੇ ਠੀਕ ਹੈ ਪ੍ਰੈਕਟਿਸ ਸੀਰੀਜ਼ ਆਪਾਂ ਇਸ ਕਰਕੇ ਕਹਿ ਸਕਦੇ ਆ ਕਿ ਆਪਾਂ ਸਵਾਲ ਦਿੱਤੇ ਹੋਣਗੇ ਠੀਕ ਆਪਾਂ ਨਾਲ ਉਹਨਾਂ ਨੂੰ ਸੋਲਵ ਕਰਾਂਗੇ ਆਪਾਂ ਨੇ ਚਾਰ ਆਪਸ਼ਨਾਂ ਉਸ ਦੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਤਾਂ ਜੇਕਰ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਦੇ ਨਾਲ ਜੁੜੇ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਠੀਕ ਹੈ ਨੋਟੀਫਿਕੇਸ਼ਨ ਨੂੰ ਔਨ ਕਰ ਲੈਣਾਗਾ ਡੇਲੀ ਤੁਹਾਨੂੰ ਕਲਾਸ ਆਪਣੀ ਦੇਖਣ ਨੂੰ ਮਿਲਿਆ ਕਰੇਗੀ ਤੇ ਆਪਾਂ ਇਸ ਦੀ ਇੱਕ ਪਲੇਲਿਸਟ ਬਣਾ ਦੇਾਂਗੇ ਠੀਕ ਹੈ ਉਸ ਦੇ ਵਿੱਚ ਡੇਲੀ ਵੀਡੀਓ ਆਪਾਂ ਐਡ ਕਰਿਆ ਕਰਾਂਗੇ ਤੇ ਨਾਲ ਹੀ ਤੁਸੀਂ ਨਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੈਣਾਗਾ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਰੀਜਨਿੰਗ ਠੀਕ ਹੈ ਪੰਜਾਬ ਜੀਕੇ ਤੇ ਹੋਰ ਸਾਰਾ ਕੁਝ ਆਪਣਾ ਕੰਪਲੀਟ ਹੋਇਆ ਪਿਆਗਾ ਤੇ ਵੈਸੇ ਵੀ ਆਪਾਂ ਬੈਚ ਸਟਾਰਟ ਕਰਨ ਲੱਗੇ ਆ ਠੀਕ ਹੈ ਡੇਲੀ ਤੁਹਾਨੂੰ ਕਲਾਸ ਮਿਲਿਆ ਹੀ ਕਰੇਗੀ ਤਾਂ ਜੇਕਰ ਪਹਿਲੀ ਵਾਰ ਜੁੜ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤਾਂ ਇਸ ਦਾ ਪਹਿਲਾ ਦਿਨ ਹੈਗਾ ਠੀਕ ਹੈ ਅੱਜ ਆਪਣੀ ਸੀਰੀਜ਼ ਦਾ ਤੇ ਸਿੰਪਲੀਫਿਕੇਸ਼ਨ ਮਤਲਬ ਸਰਲੀਕਰਨ ਆਪਣਾ ਇਸ ਦਾ ਚੈਪਟਰ ਦਾ ਨਾਮ ਹੈਗਾ ਠੀਕ ਹੈ ਇਸ ਦਾ ਵੀ ਅੱਜ ਪਹਿਲਾ ਦਿਨ ਹੈਗਾ ਤਾਂ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਦੱਸ ਦਿੰਦੇ ਆ ਕਿ ਸਰਲੀਕਰਨ ਹੁੰਦਾ ਕੀ ਹੈ ਸਰਲੀਕਰਨ ਦਾ ਮਤਲਬ ਹੁੰਦਾਗਾ ਸਿੰਪਲ ਕਰਕੇ ਦੇਖਣਾ ਮਤਲਬ ਕਿ ਕੋਈ ਵੀ ਆਪਾਂ ਨੂੰ ਦੇਖੋ ਸਟੇਟਮੈਂਟ ਕੋਈ ਵੀ ਦਿੱਤੀ ਹੋਈ ਹੈਗੀ 1 ਜੋੜ 2 ਜੋੜ 3 ਇਸ ਤਰ੍ਹਾਂ ਕੁਝ ਵੀ ਦਿੱਤਾ ਹੋਇਆਗਾ ਠੀਕ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਤਰ੍ਹਾਂ ਆਪਰੇਸ਼ਨਸ ਦੇ ਵਿੱਚ ਲਿਖਿਆ ਹੋਇਆਗਾ ਠੀਕ ਹੈ ਜੋੜ ਵਿਚਾਲੇ ਇਹਨਾਂ ਦੇ ਪਾ ਕੇ ਲਿਖਿਆ ਹੋਇਆ ਤਾਂ ਆਪਾਂ ਇਸ ਨੂੰ ਸਿੰਪਲ ਕਿਵੇਂ ਕਰ ਸਕਦੇ ਆ ਕਿ ਇਹਨਾਂ ਦਾ ਜੋੜ ਦੀ ਨਿਸ਼ਾਨੀਆਂ ਨੂੰ ਆਪਾਂ ਵਿੱਚੋਂ ਹਟਾ ਦਈਏ ਠੀਕ ਹੈ ਤਾਂ ਇਹਨਾਂ ਦਾ ਜੋੜ ਕਰੋ ਆਪਾਂ ਠੀਕ ਹੈ ਇਸ ਦਾ ਜੋੜ ਬਣ ਜੇਗਾ 6 ਤਾਂ ਦੇਖੋ ਜਿਹੜਾ ਇਹ ਆ ਗਿਆ ਆਪਣੇ ਕੋਲ 6 ਠੀਕ ਹੈ ਤਾਂ ਇਹ ਇਸ ਦਾ ਸਿੰਪਲ ਰੂਪ ਹੈਗਾ ਸਿੰਪਲ ਫਾਰਮ ਹੈਗੀ ਇਸ ਦੀ ਠੀਕ ਹੈ ਉਸ ਤੋਂ ਬਿਨਾ ਆਪਾਂ ਨੂੰ ਭਟਿਆਂ ਦੇ ਵਿੱਚ ਵੀ ਦਿੱਤੀ ਹੋ ਸਕਦੀ ਹੈਗੀ ਠੀਕ ਹੈ ਗੁਣਾ ਦੇ ਵਿੱਚ ਭਾਗ ਕੋਈ ਵੀ ਸਟੇਟਮੈਂਟ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਦਿੱਤੀ ਹੋ ਸਕਦੀ ਹੈ ਆਪਾਂ ਜਿੰਨਾ ਉਸ ਨੂੰ ਸਿੰਪਲ ਕਰ ਸਕਦੇ ਹੋਈ ਓਨਾ ਹੀ ਸਿੰਪਲ ਕਰਨਾ ਹੈਗਾ ਠੀਕ ਹੈ ਇਸ ਤੋਂ ਜ਼ਿਆਦਾ ਦੇਖੋ ਆਪਾਂ ਸਿੰਪਲ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਉਸ ਨੂੰ ਉੱਥੇ ਛੱਡ ਦੇਣਾ ਹੈਗਾ ਉਹ ਆਪਾਂ ਦਾ ਉਸ ਦਾ ਆਨਸਰ ਹੋਏਗਾ ਠੀਕ ਹੈ ਤਾਂ ਇਹ ਸੀਗਾ ਆਪਣਾ ਸਿੰਪਲੀਫਿਕੇਸ਼ਨ ਕਿ ਸਟੇਟਮੈਂਟ ਨੂੰ ਸਿੰਪਲ ਕਰਕੇ ਲਿਖਣਾ ਤਾਂ ਦੇਖੋ ਉਸ ਤੋਂ ਬਾਅਦ ਇਹ ਜਿਹੜਾ ਸਿੰਪਲੀਫਿਕੇਸ਼ਨ ਹੈਗਾ ਠੀਕ ਹੈ ਪਹਿਲਾਂ ਤਾਂ ਆਪਾਂ ਨੂੰ ਦੇਖੋ ਇਸ ਦੇ ਵਿੱਚ ਸਾਰੀਆਂ ਇੱਕੋ ਜੀਆਂ ਨਿਸ਼ਾਨੀਆਂ ਦਿਖਾਈ ਦੇ ਰਹੀਆਂ ਸੀਗੇ ਤਾਂ ਆਪਾਂ ਨੇ ਸਾਰਾ ਜੋੜ ਕਰਤਾ ਜੇਕਰ ਜੋੜ ਦੀ ਥਾਂ ਤੇ ਸਾਰੀਆਂ ਘਟਾ ਦੀਆਂ ਨਿਸ਼ਾਨੀਆਂ ਹੁੰਦੀਆਂ ਤਾਂ ਆਪਾਂ ਸਾਰਿਆਂ ਦਾ ਘਟਾ ਕਰ ਦੇਣਾ ਸੀਗਾ ਭਾਗ ਜਾਂ ਕੁਝ ਵੀ ਆਪਾਂ ਨੂੰ ਹੁੰਦਾ ਠੀਕ ਹੈ ਪੰਗਾ ਕਿੱਥੇ ਪੈਂਦਾ ਹੈ ਕਿ ਨਿਸ਼ਾਨੀਆਂ ਜੇਕਰ ਅਲੱਗ-ਅਲੱਗ ਹੋਣ ਤਾਂ ਆਪਾਂ ਨੂੰ ਬੌਡਮਾਸ ਦਾ ਫਾਰਮੂਲਾ ਲਗਾਉਣਾ ਪੈਣਾ ਪਵੇਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਕਿਹੜਾ ਆਪਰੇਟਰ ਨੂੰ ਸੋਲਵ ਕਰਨੇ ਫਿਰ ਉਸ ਤੋਂ ਬਾਅਦ ਜੋੜਨ ਨੂੰ ਕਰਨੇ ਘਟਾਵਾ ਬਾਗ ਜਿਹੜਾ ਵੀ ਆਪਾਂ ਨੇ ਕਰਨੇਗਾ ਠੀਕ ਹੈ ਉਸ ਤਰ੍ਹਾਂ ਆਪਾਂ ਕਰਾਂਗੇ ਤਾਂ ਉਸ ਤੋਂ ਬਿਨਾ ਤੁਹਾਨੂੰ ਦੱਸ ਦਈਏ ਕਿ ਸਿੰਪਲੀਫਿਕੇਸ਼ਨ ਦੇ ਵਿੱਚ ਆਪਣਾ ਜਿਵੇਂ ਕਿ ਸਕੁਅਰ ਵਾਲੇ ਵੀ ਆ ਜਾਂਦੇ ਨੇ ਠੀਕ ਹੈ ਤਾਂ ਕਯੂਬ ਵਾਲੇ ਵੀ ਆ ਸਕਦੇ ਨੇ ਇਸ ਤਰ੍ਹਾਂ ਦੇ ਸਵਾਲ ਆਪਾਂ ਨੂੰ ਦੇਖਣ ਨੂੰ ਮਿਲਣਗੇ ਤਾਂ ਵੈਸੇ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਵੈਸੇ ਤੁਹਾਨੂੰ ਦੱਸ ਦਈਏ ਕਿ ਟੇਬਲ ਤੁਸੀਂ ਨੇ ਕਰ ਲੈਣੇ ਨੇਗੇ ਯਾਦ ਠੀਕ ਹੈ ਘੱਟੋ ਘੱਟ 25 ਤੱਕ ਤੁਹਾਨੂੰ ਟੇਬਲ ਆਉਣੇ ਚਾਹੀਦੇ ਨੇ ਸਕੁਅਰਾਂ ਆਉਣੀਆਂ ਚਾਹੀਦੀਆਂ ਨੇ 25 30 ਤੱਕ ਤੇ ਉਸ ਤੋਂ ਬਾਅਦ ਤੁਹਾਨੂੰ ਕਯੂਬ ਵੀ ਆਉਣੇ ਚਾਹੀਦੇ ਨੇ ਠੀਕ ਹੈ ਤਾਂ ਬਾਕੀ ਆਪਾਂ ਕਰਦੇ ਚੱਲਾਂਗੇ ਅੱਗੇ ਤਾਂ ਦੇਖੋ ਸਭ ਤੋਂ ਪਹਿਲਾਂ ਹ ਜੇਕਰ ਦੇਖੋ ਤੁਹਾਨੂੰ ਦੱਸਿਆ ਸੀਗਾ ਕਿ ਸਵਾਲਾਂ ਦੇ ਵਿੱਚ ਫਰਕ ਕਿਉਂ ਹੋਏਗਾ ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਾਂ ਨੂੰ ਸਵਾਲ ਦੇਖਣ ਨੂੰ ਮਿਲਣਗੇ ਕਿ ਇੱਕ ਮੰਨ ਲਓ ਇਹੀ ਸਵਾਲ ਹੈਗਾ ਠੀਕ ਹੈ 1 2 3 ਤਾਂ ਇਹ ਸਵਾਲ ਨੂੰ ਆਪਾਂ ਕੀ ਕਹਾਂਗੇ ਜੋੜ ਦਾ ਸਵਾਲ ਠੀਕ ਹੈ ਜੋੜ ਦਾ ਸਵਾਲ ਹੀ ਆਏਗਾ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ ਸਾਰੀਆਂ ਨਿਸ਼ਾਨੀਆਂ ਜੋੜ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਠੀਕ ਹੈ ਉਸ ਤੋਂ ਬਾਅਦ 2 3 ਗੁਣਾ 1 ਇਸ ਤਰ੍ਹਾਂ ਆਪਾਂ ਦੇਖੋ ਇਸ ਨੂੰ ਕੀ ਕਹਾਂਗੇ ਇਸ ਨੂੰ ਆਪਾਂ ਗੁਣਾ ਦਾ ਸਵਾਲ ਕਹਾਂਗੇ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ ਸਾਰੀਆਂ ਨਿਸ਼ਾਨੀਆਂ ਗੁਣਾ ਦੀਆਂ ਹੀ ਦੇਖਣ ਨੂੰ ਮਿਲ ਰਹੀਆਂ ਨੇਗੀਆ ਠੀਕ ਹੈ ਤਾਂ ਉਸ ਤੋਂ ਬਾਅਦ ਜੇਕਰ ਦੇਖੋ ਇੱਥੇ ਦੋਨੋਂ ਗੁਣਾ ਦੀਆਂ ਨਿਸ਼ਾਨੀਆਂ ਨਾ ਹੋ ਕੇ ਠੀਕ ਹੈ ਅਲੱਗ-ਅਲੱਗ ਨਿਸ਼ਾਨੀਆਂ ਹੋਣ ਤਾਂ ਉੱਥੇ ਪੰਗਾ ਪੈ ਜਾਂਦਾ ਹੈ ਠੀਕ ਹੈ ਤਾਂ ਦੇਖੋ ਇੱਥੇ ਆਪਾਂ ਗੁਣਾ ਵੀ ਕਰਨੀਆਂ ਇੱਥੇ ਘਟਾ ਵੀ ਕਰਨਾ ਤੇ ਇੱਥੇ ਜੋੜ ਵੀ ਕਰਨਾ ਹੈ ਠੀਕ ਹੈ ਜੇਕਰ ਆਪਾਂ ਦੇਖੋ ਇਹਨਾਂ ਦਾ ਜੋੜ ਕਰਾਂਗੇ ਗੁਣਾ ਕਰਾਂਗੇ ਅਲੱਗ-ਅਲੱਗ ਤਰੀਕੇ ਦੇ ਨਾਲ ਠੀਕ ਹੈ ਤਾਂ ਸਵਾਲ ਦਾ ਆਨਸਰ ਹੋਰ ਆ ਸਕਦਾ ਹੈਗਾ ਠੀਕ ਹੈ ਜੇਕਰ ਆਪਾਂ ਨੇ ਪਹਿਲਾਂ ਜੋੜ ਕਰਤਾ ਫਿਰ ਹੋਰ ਆ ਸਕਦਾ ਹੈ ਜੇਕਰ ਗੁਣਾ ਕਰਤੀ ਪਹਿਲਾਂ ਤਾਂ ਹੋਰ ਆ ਸਕਦਾ ਹੈਗਾ ਠੀਕ ਹੈ ਤਾਂ ਦੇਖੋ ਜੇਕਰ ਨਿਸ਼ਾਨੀਆਂ ਅਲੱਗ-ਅਲੱਗ ਹੋਣ ਤਾਂ ਆਪਾਂ ਨੂੰ ਇੱਕ ਫਾਰਮੂਲੇ ਦੇ ਹਿਸਾਬ ਨਾਲ ਚੱਲਣਾ ਪਏਗਾ ਉਹ ਹੈਗਾ BODMAS ਠੀਕ ਹੈ ਇਹ ਆਪਾਂ ਨੇ ਦੇਖੋ ਤੁਹਾਨੂੰ ਦਿੱਤਾ ਹੋਇਆ ਹੈਗਾ ਠੀਕ ਹੈ ਇਹਨਾਂ ਦਾ ਆਪਾਂ ਹੁਣ ਤੁਹਾਨੂੰ ਮਤਲਬ ਦੱਸ ਦਿੰਦੇ ਹਾਂ ਠੀਕ ਹੈ ਜਿਹੜੀ A ਹੈਗੀ B ਇਸ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਆਪਾਂ ਬੈਨਿਕੁਲਮ ਆਪਾਂ ਬਾਹਰ ਕਹਿ ਸਕਦੇ ਆਂਗੇ ਇਸ ਨੂੰ ਠੀਕ ਹੈ ਤੁਹਾਨੂੰ ਅੱਖਰਾਂ ਦੇ ਉੱਤੇ ਵਾਰ ਲੱਗੀ ਹੋਈ ਮਿਲੇਗੀ ਇੱਕ ਤਰ੍ਹਾਂ ਬਾਹਰ ਵੈਸੇ ਵਾਰ ਨਹੀਂ ਹੁੰਦੀ ਉਹ ਇੱਕ ਬ੍ਰੈਕਟ ਹੁੰਦਾ ਇੱਕ ਤਰ੍ਹਾਂ ਦਾ ਠੀਕ ਹੈ ਉਹ ਦੇਖੋ ਇਹਦਾ ਮਤਲਬ ਆਪਾਂ ਇਸ ਨੂੰ ਵਾਰ ਲਿਖ ਲਓ ਠੀਕ ਹੈ ਵੈਸੇ ਵਾਰ ਨਹੀਂ ਹੁੰਦੀ ਦੇਖੋ 3 ਜੋੜ 1 ਜੋੜ ਦੋ ਮਾਲੋ ਇਸ ਤਰ੍ਹਾਂ ਪਾਉ ਨੂੰ ਲਿਖਿਆ ਹੋਇਆ ਹੈ ਠੀਕ ਹੈ ਫਰਕ ਤਾਂ ਨਹੀਂ ਪੈਂਦਾ ਪਰ ਦੇਖੋ ਜੇਕਰ ਆਪਾਂ ਨੂੰ ਇੱਥੇ ਲਿਖਿਆ ਹੋਇਆ ਇਹਨਾਂ ਦੇ ਉੱਪਰ ਇਸ ਤਰ੍ਹਾਂ ਬਾਰ ਲਿਖੀ ਹੋਈ ਆ ਕਿ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਇਹਨਾਂ ਦਾ ਹੀ ਜੋੜ ਕਰਨਾ ਹੈ ਆਪਾਂ ਨੇ ਇਸ ਦਾ ਜੋੜ ਨਹੀਂ ਕਰਨਾ ਇਹ ਇਸ ਤਰ੍ਹਾਂ ਦੇ ਸਵਾਲ ਹੋਣਗੇ ਠੀਕ ਹੈ ਵੈਸੇ ਤੁਹਾਨੂੰ ਪਹਿਲਾਂ ਦੱਸ ਦਿੱਤਾ ਅੱਗੇ ਆਪਾਂ ਇਸ ਤਰ੍ਹਾਂ ਦੇ ਸਵਾਲ ਲੈ ਕੇ ਆਵਾਂਗੇ ਅੱਜ ਦੀ ਕਲਾਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਵਾਲ ਨਹੀਂ ਹੈਗਾ ਉਸ ਤੋਂ ਬਾਅਦ ਆ ਜਾਂਦੇ ਨੇ ਬ੍ਰੈਕਟ ਠੀਕ ਹੈ ਸਭ ਤੋਂ ਪਹਿਲਾਂ ਸਭ ਤੋਂ ਛੋਟੇ ਬ੍ਰੈਕਟ ਹੁੰਦੇ ਨੇ ਇਹ ਵਾਲੇ ਗੋਲ ਬ੍ਰੈਕਟ ਠੀਕ ਹੈ ਉਸ ਤੋਂ ਬਾਅਦ ਆ ਜਾਂਦੇ ਨੇਗੇ ਆਪਣੇ ਘਰ ਲਈ ਬ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਆ ਜਾਂਦੇ ਨੇ ਆਪਣੇ ਸਕੁਅਰ ਬ੍ਰੈਕਟ ਠੀਕ ਹੈ ਇਸ ਤਰ੍ਹਾਂ ਦੇ ਠੀਕ ਹੈ ਇਹ ਤਿੰਨ ਤਰ੍ਹਾਂ ਦੇ ਬ੍ਰੈਕਟ ਹੁੰਦੇ ਨੇ ਇਹ ਇਹਦੇ ਵਿੱਚ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਇਹ ਹੁੰਦੇ ਨੇ ਫਿਰ ਸਾਰਿਆਂ ਦੁਬਾਰ ਇਹ ਹੁੰਦੇ ਨੇ ਇਸ ਤਰ੍ਹਾਂ ਆਪਾਂ ਨੂੰ ਇਹ ਬ੍ਰੈਕਟ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਇਹ ਸੋਲਵ ਕਰਨੇ ਜੇਕਰ ਆਪਾਂ ਨੂੰ ਸਵਾਲ ਦੇ ਵਿੱਚ ਸਟੇਟਮੈਂਟ ਦੇ ਵਿੱਚ ਆ ਜੇ ਉਸ ਤੋਂ ਬਾਅਦ ਇਹ ਬ੍ਰੈਕਟ ਸੋਲਵ ਕਰਨੇ ਨੇ ਉਸ ਤੋਂ ਬਾਅਦ ਆ ਜਾਂਦਾ ਹੈਗਾ ਆਪਣੇ ਕੋਲ ਆਫ ਠੀਕ ਹੈ ਆਫ ਜਾਂ ਪੰਜਾਬੀ ਦੇ ਵਿੱਚ ਆਪਾਂ ਨੂੰ ਦਾ ਦੇਖਣ ਨੂੰ ਮਿਲ ਸਕਦਾ ਹੈਗਾ ਜੇਕਰ ਸਟੇਟਮੈਂਟ ਹੋਈ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਆ ਜਾਂਦੇਗਾ ਡਿਵਾਈਡ ਠੀਕ ਹੈ ਉਸ ਤੋਂ ਬਾਅਦ ਆ ਜਾਂਦੇਗਾ ਮਲਟੀਪਲੀਕੇਸ਼ਨ ਉਸ ਤੋਂ ਬਾਅਦ ਐਡੀਸ਼ਨ ਮਤਲਬ ਜੋੜ ਉਸ ਤੋਂ ਬਾਅਦ ਘਟਾ ਆ ਜਾਂਦਾ ਹੈ ਸਬਟ੍ਰੈਕਸ਼ਨ ਠੀਕ ਹੈ ਇਹਨਾਂ ਚੀਜ਼ਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਦੇਖੋ ਇਹ ਚੀਜ਼ਾਂ ਸਭ ਤੋਂ ਪਹਿਲਾਂ ਆਪਾਂ ਨੇ ਵਾਰ ਸੋਲਵ ਕਰਨੀ ਹੋਏਗੀ ਜੇਕਰ ਦੇਖਣ ਨੂੰ ਮਿਲੇ ਜੇਕਰ ਨਾ ਹੋਈ ਉਸ ਤੋਂ ਬਾਅਦ ਆਪਾਂ ਨੇ ਧਿਆਨ ਦੇਣਾ ਕਿ ਬ੍ਰੈਕਟ ਹੈਗਾ ਜੇਕਰ ਬ੍ਰੈਕਟ ਹੋਇਆ ਤਾਂ ਆਪਾਂ ਬ੍ਰੈਕਟ ਸੋਲਵ ਕਰਨਾ ਹੈ ਉਸ ਤੋਂ ਬਾਅਦ ਆਫ ਉਸ ਤੋਂ ਬਾਅਦ ਡਿਵਾਈਡ ਉਸ ਤੋਂ ਬਾਅਦ ਗੁਣਾ ਜੋੜ ਤੇ ਘਟਾ ਠੀਕ ਹੈ ਇਹ ਚੀਜ਼ ਆਪਾਂ ਦੇਖਦੇ ਚੱਲਾਂਗੇ ਤਾਂ ਦੇਖੋ ਆਪਾਂ ਵੱਧਦੇ ਪਹਿਲੇ ਸਵਾਲ ਦੇ ਵੱਲ ਸਾਰਿਆਂ ਤੋਂ ਪਹਿਲਾ ਸਵਾਲ ਦੇਖੋ ਆਪਾਂ ਲਿਖ ਲੈਣੇਗੇ ਬੋਡਮਾਸ ਠੀਕ ਹੈ ਬਾਹਰ ਤਾਂ ਇਸ ਦੇ ਵਿੱਚ ਹੈ ਹੀ ਨਹੀਂ ਇਸ ਨੂੰ ਛੱਡ ਦਿਓ ਤਾਂ ਦੇਖੋ ਬ੍ਰੈਕਟ ਹੈ ਇਸ ਦੇ ਵਿੱਚ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਆਫ ਆਫ ਵੀ ਨਹੀਂ ਹੋਏਗਾ ਜਦੋਂ ਬ੍ਰੈਕਟੇ ਨਹੀਂ ਹੈਗਾ ਜਾਂ ਫਿਰ ਆਫ ਲਿਖ ਕੇ ਇਸ ਤਰ੍ਹਾਂ ਆਫ ਤਾਂ ਇਸ ਤਰ੍ਹਾਂ ਲਿਖਿਆ ਹੋਇਆ ਆ ਸਕਦਾ ਹੈਗਾ ਇਹ ਵੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਠੀਕ ਹੈ ਇਹ ਚੀਜ਼ ਤਿੰਨ ਨੂੰ ਤਾਂ ਆਪਾਂ ਨੇ ਘੱਟ ਦਿੱਤੀਆਂ ਉਸ ਤੋਂ ਬਾਅਦ ਦੇਖੋ ਡਿਵਾਈਡ ਹੈ ਡੀ ਨੂੰ ਵੀ ਘੱਟ ਦੋ ਠੀਕ ਹੈ ਇਹ ਚੀਜ਼ਾਂ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੀਆਂ ਉਸ ਤੋਂ ਬਾਅਦ ਐਮ ਏ ਐਸ ਇਹ ਤਿੰਨ ਨੂੰ ਆਪਾਂ ਨੂੰ ਦੇਖਣ ਨੂੰ ਇਸ ਦੇ ਵਿੱਚ ਮਿਲ ਰਹੀਆਂ ਨੇ ਠੀਕ ਹੈ ਤਾਂ ਆਪਾਂ ਇਹਨਾਂ ਨੂੰ ਹਟਾ ਦਿੰਨੇ ਇੱਕ ਵਾਰ ਠੀਕ ਹੈ ਬਿਲਕੁਲ ਜ਼ੀਰੋ ਲੈਵਲ ਤੋਂ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਕਰਕੇ ਹੀ ਆਪਾਂ ਦੇਖੋ ਇਸ ਤਰ੍ਹਾਂ ਕਰਵਾ ਰਹੇ ਹਾਂਗੇ ਤਾਂ ਦੇਖੋ ਏ ਤੇ ਏ ਇਹਨਾਂ ਦੇਖੋ ਮਲਟੀਪਲਾਈ ਦੇ ਵਿੱਚ ਆਪਾਂ ਨੂੰ ਦੋ ਦੋ ਨੇ ਆਪਾਂ ਇਹਨਾਂ ਦਾ ਜੋੜਾ ਬਣਾ ਲਿਆ ਠੀਕ ਹੈ ਕਿਉਂਕਿ ਆਪਾਂ ਮਲਟੀਪਲਾਈ ਕਰਨ ਲੱਗੇ ਹਾਂ ਦੇਖੋ 3 ਤੇ 4 ਦੀ ਮਲਟੀਪਲਾਈ ਕੀਤੀ ਜ ਆਪਾਂ ਨੇ ਇਸ ਤਾ ਆ ਗਿਆ ਆਪਣੇ ਕੋਲ 12 ਇਹ ਜੋੜ ਦੀ ਨਿਸ਼ਾਨੀ ਹੈਗੀ ਇਹ ਆਪਾਂ ਨੇ ਵਿਚਾਲੇ ਇਸੇ ਤਰ੍ਹਾਂ ਲਿਖ ਲਈ ਉਸ ਤੋਂ ਬਾਅਦ ਇਹਨਾਂ ਦੀ ਮਲਟੀਪਲਾਈ ਕਰ ਲਓ 5 6 30 ਠੀਕ ਹੈ ਤਾਂ ਇਹਨਾਂ ਦਾ ਜਦੋਂ ਆਪਾਂ ਦੋਨਾਂ ਦਾ ਜੋੜ ਕਰਾਂਗੇ 12 ਤੇ 30 ਦਾ ਤਾਂ ਆਪਣੇ ਕੋਲ 42 ਆ ਜਾਏਗਾ ਠੀਕ ਹੈ ਦੇਖੋ ਉਸ ਤੋਂ ਬਾਅਦ ਆਪਾਂ ਨੇ ਜੋੜ ਕੀਤਾ ਨਾ ਇਹ ਆਪਾਂ ਨੂੰ ਐਡੀਸ਼ਨ ਇਹ ਦੇਖਣ ਨੂੰ ਮਿਲਿਆ ਤਾਂ ਕਰਕੇ ਇਹਨਾਂ ਦੋਨਾਂ ਦਾ ਆਪਾਂ ਨੇ ਜੋੜ ਕਰਤਾ ਇਸ ਤੋਂ ਬਾਅਦ ਘਟਾਹ ਹੈ ਨਹੀਂ ਇਸ ਦਾ ਵੀ ਆਪਾਂ ਨੂੰ ਕੋਈ ਕੰਮ ਨਹੀਂ ਹੈਗਾ ਤਾਂ ਇਸ ਦਾ ਜਿਹੜਾ ਆਪਣਾ ਆਨਸਰ ਆ ਗਿਆ 42 ਸੀ ਆਪਸ਼ਨ ਇਸ ਦਾ ਰਾਈਟ ਆਨਸਰ ਹੈਗਾ ਉਸ ਤੋਂ ਬਾਅਦ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਉਸ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਾਂ ਨੂੰ ਬ੍ਰੈਕਟ ਨਹੀਂ ਮਿਲਿਆ ਤਾਂ ਇਸ ਦੇ ਵਿੱਚ ਆਪਾਂ ਡਿਵਾਈਡ ਹੈਗੀ ਠੀਕ ਹੈ ਡਿਵਾਈਡ ਕਰਨ ਦੇ ਵਾਸਤੇ ਦੇਖੋ ਆਪਾਂ ਕੀ ਕਰਾਂਗੇ ਆਪਾਂ ਡਿਵਾਈਡ ਹੈਗੀ ਤਾਂ ਇਸੇ ਤਰ੍ਹਾਂ ਤਿੰਨ ਨੂੰ ਐਵੇਂ ਲਿਖ ਲਾਂਗੇ ਉਸ ਤੋਂ ਬਾਅਦ ਗੁਣਾ ਹੈਗੀ ਜਿਹੜਾ ਆਪਣੇ ਕੋਲ ਦੇਖੋ 4 ਡਿਵਾਈਡ 2 ਹੋਏਗਾ ਤਾਂ ਆਪਾਂ ਇਸ ਨੂੰ 4/2 ਲਿਖ ਸਕਦੇ ਹਾਂਗੇ ਠੀਕ ਹੈ ਇਸ ਤਰ੍ਹਾਂ ਲਿਖ ਲਿਆ ਕਰੋ ਤਾਂ ਤੁਸੀਂ ਜ਼ਿਆਦਾ ਉਲਝੋਗੇ ਨਹੀਂ ਉਸ ਤੋਂ ਬਾਅਦ ਜੋੜ 1 ਲਿਖ ਲਓ ਤਾਂ ਦੇਖੋ ਉਸ ਤੋਂ ਬਾਅਦ ਆਪਾਂ ਇਹ ਕੱਟ ਵੀ ਸਕਦੇ ਹਾਂਗੇ ਇਸ ਨੂੰ ਠੀਕ ਹੈ 2 1 2 2 2 4 ਹੁੰਦਾ ਹੈਗਾ ਤਾਂ ਦੇਖੋ ਆਪਣੇ ਕੋਲ ਕੀ ਸਟੇਟਮੈਂਟ ਬਣ ਗਈ 3 2 1 ਇਹ ਸਟੇਟਮੈਂਟ ਆਪਣੇ ਕੋਲ ਬਚ ਜਾਂਦੀ ਹੈ ਕੀ ਠੀਕ ਹੈ ਦੇਖੋ ਤਾਂ ਇਸ ਨੂੰ ਆਪਾਂ ਕਿਸ ਤਰ੍ਹਾਂ ਸੋਲਵ ਕਰਾਂਗੇ ਤਾਂ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਹੁੰਦੀ ਹੈਗੀ ਗੁਣਾ ਤਾਂ ਇਹਨਾਂ ਦੀ ਆਪਾਂ ਗੁਣਾ ਕਰ ਲਾਂਗੇ 3 2 6 ਜੋੜ 1 7 ਇਸ ਤਰ੍ਹਾਂ ਰਾਈਟ ਆਨਸਰ ਹੈਗਾ ਠੀਕ ਹੈ 7 ਇਸ ਤਰ੍ਹਾਂ ਰਾਈਟ ਆਨਸਰ ਹੈਗਾ ਤਾਂ ਡੀ ਆਪਸ਼ਨ ਇਸ ਦੀ ਰਾਈਟ ਆਨਸਰ ਹੋਏਗੀ ਉਸ ਤੋਂ ਬਾਅਦ ਅਗਲੇ ਸਵਾਲ ਦੇ ਵੱਲ ਵੱਧਦੇ ਹਾਂ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਆਪਾਂ ਜ਼ਿਆਦਾ ਸੌਖੇ ਸਵਾਲ ਲੈ ਕੇ ਆਏ ਹਾਂ ਅੱਗੇ ਆਪਾਂ ਇਸ ਦਾ ਲੈਵਲ ਹਾਈ ਕਰਦੇ ਚੱਲਾਂਗੇ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਜੇਕਰ ਤੁਹਾਨੂੰ ਦੱਸਿਆ ਸੀਗਾ ਡਿਵਾਈਡ ਹੋਵੇ ਤਾਂ ਆਪਾਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਆ ਠੀਕ ਹੈ ਗੁਣਾ 2 ਜੋੜ 3 ਜੋੜ 2 ਤਾਂ ਦੇਖੋ ਇਸ ਨੂੰ ਆਪਾਂ 5 1 5 5 2 10 ਹੁੰਦਾ ਹੈਗਾ ਠੀਕ ਹੈ ਤਾਂ ਇਹ ਚੀਜ਼ ਬਣ ਗਈ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਇਹਨਾਂ ਨੂੰ ਗੁਣਾ ਕਰ ਲੈਣੀ ਹੈਗੀ 2 2 ਤਾਂ ਆਪਣਾ ਇੱਥੇ 4 ਆ ਗਿਆ ਉਸ ਤੋਂ ਬਾਅਦ ਜੋੜ 3 ਜੋੜ 2 4 ਤੇ 3 7 ਤੇ 2 9 ਠੀਕ ਹੈ ਤਾਂ ਡੀ ਆਪਸ਼ਨ ਇਸ ਦਾ ਰਾਈਟ ਆਨਸਰ ਹੋਏਗੀ ਤਾਂ ਉਸ ਤੋਂ ਬਾਅਦ ਅਗਲੇ ਸਵਾਲ ਦੇ ਵੱਲ ਵੱਧਦੇ ਆ ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਬੋਰਡ ਵਾਸਤੇ ਹਿਸਾਬ ਦੇ ਨਾਲ ਹੀ ਨੀਗਾ ਮਾਰਨੀ ਹੋਇਆ ਕਰੀਏ ਬ੍ਰੈਕਟ ਨਹੀਂ ਹੈਗਾ ਇਸ ਦੇ ਵਿੱਚ ਤਾਂ ਆਪਣੇ ਕੋਲ ਡਿਵਾਈਡ ਹੈਗੀ ਇਸ ਦੇ ਵਿੱਚ ਠੀਕ ਹੈ ਤਾਂ ਆਪਾਂ ਇਸ ਨੂੰ ਇਸੇ ਤਰ੍ਹਾਂ ਲਿਖ ਲਾਂਗੇ 2 8 2 ਤਾਂ ਦੇਖੋ 2 ਤੇ 4 ਦੇ ਵਿੱਚਕਾਰ ਹੈ ਨਾ ਡਿਵਾਈਡ ਤਾਂ ਆਪਾਂ 2 ਦੇ نیچے ਹੀ 4 ਲਿਖਾਂਗੇ ਤਾਂ ਕਟਾ 2 ਠੀਕ ਹੈ ਤਾਂ ਆਪਾਂ ਹੁਣ ਇਸ ਨੂੰ ਕੱਟਣ ਦੀ ਕੋਸ਼ਿਸ਼ ਕਰੋ ਦੇਖੋ ਚਾਹੇ ਤਾਂ ਇਹ ਦੋ ਨਾਲ ਟਕ ਲੋ ਚਾਹੇ ਦੇਖੋ ਗੁਣਾ ਦੇ ਵਿੱਚ ਹੈ ਨਾ ਇਸ ਤੇ ਨੀਚੇ ਇੱਕ ਲਗਾ ਸਕਦੇ ਆਪਾਂ 8 ਨੂੰ ਕੱਟ ਕੇ ਇੱਥੇ ਆਪਣੇ ਕੋਲ ਦੋ ਠੀਕ ਹੈ 4 1 4 4 2 8 ਤਾਂ ਦੇਖੋ ਉਸ ਤੋਂ ਬਾਅਦ 2 ਜੋੜ 2 2 2 ਠੀਕ ਹੈ ਤਾਂ ਜਿਹੜਾ ਆਪਣਾ ਇਸ ਤੇ ਕੋਲ ਆ ਜਾਏਗਾ ਇਸ ਦਾ ਆਨਸਰ ਆ ਜਾਏਗਾ ਆਪਣਾ 2 ਤੇ 2 4 ਜਾਂ ਫਿਰ ਇਸ ਤਰ੍ਹਾਂ ਕਰ ਸਕਦੇ ਆਪਾਂ ਦੇਖੋ ਪਹਿਲਾ ਇਸ ਦਾ ਗੁਣਾ ਕਰ ਲਓ ਠੀਕ ਹੈ ਗੁਣਾ ਹੋ ਕੇ ਆਪਣੇ ਕੋਲ 4 ਆ ਗਿਆ ਇਹਦੇ ਇਧਰ ਵੀ 2 ਹੈਗਾ ਠੀਕ ਹੈ ਤੇ ਇਧਰ ਵੀ 2 ਆਏਗਾ ਤਾਂ ਇਹ 2 ਦੇ ਨਾਲ ਇਹ 2 ਆਪਾਂ ਕੱਟ ਸਕਦੇ ਹਾਂ ਕਿਉਂਕਿ ਇੱਕ ਜੋੜਦਾ ਹੈਗਾ 2 ਇੱਕ ਆਪਣੇ ਕੋਲ ਘਟਾ ਦੇਗਾ 2 ਠੀਕ ਹੈ ਤਾਂ ਦੇਖੋ ਇਸ ਦਾ ਜਿਹੜਾ ਆਪਣਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਆਪਸ਼ਨ D ਤੇ ਆਪਸ਼ਨ A ਦੇ ਵਿੱਚ ਤੁਹਾਨੂੰ ਦੋਨਾਂ ਦੇ ਵਿੱਚ ਆਪਾਂ ਨੂੰ 4 ਦੇਖਣ ਨੂੰ ਮਿਲ ਰਿਹਾ ਹੈਗਾ ਠੀਕ ਹੈ ਤਾਂ ਆਪਾਂ ਨੂੰ ਦੇਖੋ ਦੋਨਾਂ ਦੇ ਵਿੱਚ 4 ਦੇਖਣ ਨੂੰ ਮਿਲ ਰਿਹਾ ਹੈਗਾ A ਵੀ ਆਪਣਾ ਦੋਨੋਂ ਰਾਈਟ ਆਨਸਰ ਨੇਗੇ ਠੀਕ ਹੈ ਮਿਸਪ੍ਰਿੰਟ ਹੋ ਗਏ تھے ਦੋਨਾਂ ਦੇ ਵਿੱਚ ਆਪਾਂ ਨੂੰ ਇਹ ਸੇਮ ਮਿਲ ਗਿਆ ਅਨਸਰ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਦੇਖੋ ਇਸ ਦੇ ਵਿੱਚ ਆਪਾਂ ਨੂੰ ਮਲਟੀਪਲਾਈ ਵੀ ਆ ਜਾਂਦੀ ਹੈ ਕਿ ਦੇਖੋ ਠੀਕ ਹੈ ਤਾਂ ਤੁਸੀਂ ਨੇ ਹੁਣ ਕੀ ਦੇਖਣਾਗਾ ਦੇਖੋ ਇੱਥੇ ਤਾਂ ਆਏਗਾ ਜੋੜ ਇੱਥੇ ਹੈਗੀ ਮਲਟੀਪਲਾਈ ਜੇਕਰ ਦੇਖੋ b o d m a s ਦੇਖੋ ਇਸ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਕਿ ਮਲਟੀਪਲਾਈ ਪਹਿਲਾਂ ਹੈਗੀ ਜੋੜ ਦੇ ਨਾਲੋਂ ਠੀਕ ਹੈ ਤਾਂ ਇਹ ਮਲਟੀਪਲਾਈ ਨਹੀਂ ਕਰਦੇ ਨਹੀਂ ਤੁਸੀਂ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਣਾ ਹੈਗਾ ਸਭ ਤੋਂ ਪਹਿਲਾਂ ਆਪਾਂ ਨੇ ਬ੍ਰੈਕਟ ਦੇਖਣਾ ਹੈਗਾ ਠੀਕ ਹੈ ਬ੍ਰੈਕਟ ਸੋਲਵ ਕਰਨ ਦਾ ਮਤਲਬ ਇਹ ਹੁੰਦਾ ਹੈਗਾ ਜਿਹੜੇ ਬ੍ਰੈਕਟ ਦੇ ਵਿੱਚ ਨੇ ਠੀਕ ਹੈ ਉਸ ਤੋਂ ਬਾਅਦ ਬ੍ਰੈਕਟ ਦੇ ਨਾਲ ਹੀ ਆਪਾਂ ਨੂੰ 6 ਮਿਲ ਰਿਹਾ ਹੈਗਾ ਠੀਕ ਹੈ ਉਹ ਹੈਗਾ 0 ਠੀਕ ਹੈ ਇਹ ਸੋਲਵ ਕਰਨ ਤੋਂ ਬਾਅਦ ਆਪਾਂ ਡਿਵਾਈਡ ਦੇਖਣੀ ਹੈ ਡਿਵਾਈਡ ਇਸ ਦੇ ਵਿੱਚ ਹੈ ਨਹੀਂਗੀ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦੀ ਮਲਟੀਪਲਾਈ ਕਰਨੀ ਹੋਏਗੀ ਠੀਕ ਹੈ ਮਲਟੀਪਲਾਈ ਕਰਨ ਤੋਂ ਬਾਅਦ ਐਡੀਸ਼ਨ ਇਸ ਤਰ੍ਹਾਂ ਹੋਏਗਾ ਦੇਖੋ ਠੀਕ ਹੈ ਆਪਾਂ ਹੁਣ ਕਰਕੇ ਦਿਖਾ ਦਿੰਨੇ ਹਾਂ ਤੁਹਾਨੂੰ ਤਾਂ ਦੇਖੋ ਇਹਨਾਂ ਦਾ ਆਪਾਂ ਕਰ ਲਓ ਜੋੜ 2 ਤੇ 1 ਆਪਾਂ ਨੇ 3 ਲਿਖ ਲਿਆ ਠੀਕ ਹੈ 3 ਕਿਸ ਤੇ ਵਿੱਚ ਹੈ ਬ੍ਰੈਕਟ ਦੇ ਵਿੱਚ ਇਸ ਦੇ ਨਾਲ 6 ਹੈਗਾ ਠੀਕ ਹੈ ਗੁਣਾ ਭੰਜ ਜਾਏਗਾ 3 4 ਦੇਖੋ ਇਹ ਸਟੇਟਮੈਂਟ ਆਪਣੇ ਕੋਲ ਬਣ ਚੁੱਕੀ ਹੈਗੀ ਠੀਕ ਹੈ ਤਾਂ ਹੁਣ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈਗਾ ਇਹਨਾਂ ਦਾ ਆਪਾਂ ਨੇ ਗੁਣਾ ਕਰ ਲੈਣੀ ਹੈਗੀ ਕਿਉਂਕਿ ਆਫ ਹੈਗਾ ਆਫ ਦਾ ਮਤਲਬ ਗੁਣਾ ਹੁੰਦੀ ਹੈਗੀ ਠੀਕ ਹੈ ਆਫ ਆਪਾਂ ਨੇ ਵੈਸੇ ਇਹਨਾਂ ਨੂੰ ਇੱਕ ਤਰ੍ਹਾਂ ਪਹਿਲ ਦੇਣ ਵਾਸਤੇ ਕਿ ਇਸ ਨੂੰ ਪਹਿਲਾਂ ਸੋਲਵ ਕਰਨਾ ਹੈ ਪਤਾ ਆਫ ਕੈਲਿਦ ਕੈਲੇ ਠੀਕ ਹੈ ਵੈਸੇ ਇਹਦਾ ਮਤਲਬ ਗੁਣਾ ਹੀ ਹੁੰਦੀ ਹੈਗੀ ਠੀਕ ਹੈ 6 ਦੀ ਆਪਾਂ ਨੇ 3 ਨਾਲ ਗੁਣਾ ਕੀਤੀ ਜਦੋਂ ਠੀਕ ਹੈ ਤਾਂ ਆਪਣੇ ਕੋਲ 18 ਆ ਜਾਏਗਾ ਠੀਕ ਹੈ ਗੁਣਾ 5 ਠੀਕ ਹੈ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਆ ਜਾਏਗਾ ਘਟਾ 3 ਜੋੜ 4 ਠੀਕ ਹੈ ਉਸ ਤੋਂ ਬਾਅਦ ਦੇਖੋ ਆਪਾਂ ਇਹਨਾਂ ਦੀ ਗੁਣਾ ਕਰ ਲਾਂਗੇ ਤੇ ਆਪਣਾ ਇਸ ਦਾ ਸੋਲਵ ਹੋ ਜਾਏਗਾ ਠੀਕ ਹੈ ਤਾਂ ਆਪਾਂ ਇਸ ਨੂੰ ਦੇਖੋ ਸੋਲਵ ਕਿਸ ਤਰ੍ਹਾਂ ਕਰਨੇਗਾ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਸੋਲਵ ਕਰ ਸਕਦੇ ਹਾਂ 18 ਤੇ 5 ਦੇਖੋ ਉਸ ਤੋਂ ਬਾਅਦ ਆਪਣੇ ਕੋਲ ਗੁਣਾ ਹੁੰਦੀ ਹੈਗੀ ਦੇਖਣ ਦੇ ਵਿੱਚ ਆਉਂਦੀ ਹੈਗੀ ਠੀਕ ਹੈ ਤਾਂ ਇਸ ਨੂੰ ਸੋਲਵ ਕਰਨ ਤੋਂ ਬਾਅਦ ਆਪਣਾ ਇਹ ਆ ਜਾਏਗਾ ਕਟਾ ਤਾਂ ਇਸ ਦੇ ਵਿੱਚ ਦੇਖੋ ਆਪਣਾ ਇੱਥੇ ਇੱਕ ਬਚ ਜਾਏਗਾ ਠੀਕ ਹੈ ਜੋੜ ਦਾ ਇੱਕ ਤਾਂ ਇਸ ਦਾ ਆਪਣਾ ਰਾਈਟ ਆਨਸਰ ਹੋ ਜਾਏਗਾ 91 ਠੀਕ ਹੈ 91 ਦੇਖੋ ਇਸ ਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ ਤਾਂ ਇਹ ਆਪਣਾ ਇਸ ਦਾ ਗਲਤ ਹੋ ਗਿਆ ਇੱਥੇ ਆਪਸ਼ਨਾਂ ਆਪਣੀਆਂ ਇੱਥੇ ਰੋਂਗ ਇੱਥੇ ਟਾਈਪ ਹੋ ਗਈਆਂ ਠੀਕ ਹੈ ਕਈ ਵਾਰ ਆਪਸ਼ਨ ਦੇ ਵਿੱਚ ਤੁਹਾਨੂੰ ਫਰਕ ਦੇਖਣ ਨੂੰ ਮਿਲ ਸਕਦਾ ਹੈਗਾ ਠੀਕ ਹੈ ਮਿਸਪ੍ਰਿੰਟ ਹੋ ਸਕਦਾ ਹੈਗਾ ਜਾਂ ਇੱਕ ਸਵਾਲ ਇੱਕ ਦੋ ਸਵਾਲਾਂ ਦੀ ਅੱਗੇ ਪਿੱਛੇ ਆਪਸ਼ਨ ਹੋ ਸਕਦੇ ਤਾਂ ਤੁਸੀਂ ਨੇ ਇੰਨਾ ਇਸਤੇ ਵੱਲ ਨਹੀਂ ਉਹ ਕਰਨਾਗਾ ਠੀਕ ਹੈ ਤਾਂ ਦੇਖੋ ਇਸ ਤਰ੍ਹਾਂ ਤੁਸੀਂ ਨੇ ਅੱਗੇ ਆਪਣੇ ਸਵਾਲ ਦੇ ਵੱਲ ਵਧਦੇ ਆ ਦੇਖੋ ਇਸ ਤਰ੍ਹਾਂ ਸ਼ਾਇਦ ਇਹਨਾਂ ਦੇ ਨਾਲ ਆਪਣੀਆਂ ਇੱਥੇ ਮਿਸਪ੍ਰਿੰਟ ਹੋ ਗਈਆਂ ਸੀ ਆਪਸ਼ਨਾਂ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਆ ਇਹਗਾ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈਗਾ ਬ੍ਰੈਕਟ ਸੋਲਵ ਕਰਨਾ ਹੈਗਾ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਕੀ ਕਰਾਂਗੇ ਆਫ ਬ੍ਰੈਕਟ ਦੇ ਨਾਲ ਆਫ ਹੈਗਾ ਠੀਕ ਹੈ ਉਸ ਤੋਂ ਬਾਅਦ ਡਿਵਾਈਡ ਮਲਟੀਪਲਾਈ ਇਹ ਚੀਜ਼ ਆਪਾਂ ਸੋਲਵ ਕਰਾਂਗੇ ਠੀਕ ਹੈ ਤਾਂ ਦੇਖੋ ਬ੍ਰੈਕਟ ਦੇ ਵਿੱਚ ਵੀ ਜੇਕਰ ਦੇਖੋ ਆਪਾਂ ਨੂੰ ਜੀ ਚ ਹੀ ਜਾਏਗਾ ਬ੍ਰੈਕਟ ਦੇ ਵਿੱਚ ਪਹਿਲਾਂ ਤਾਂ ਆਪਾਂ ਨੂੰ ਇੱਕੋ ਚੀਜ਼ ਦੇਖਣ ਨੂੰ ਮਿਲਿਆ ਸੀ ਕਿ ਆਪਾਂ ਨੇ ਜੋੜ ਕਰ ਲਿਆ ਸੀ ਠੀਕ ਹੈ ਹੁਣ ਬ੍ਰੈਕਟ ਦੇ ਵਿੱਚ ਵੀ ਆਪਣੇ ਬਾਡਮਾਸ ਅਲੱਗ ਤੋਂ ਲਗਾਉਣਾ ਹੋਇਆ ਕਰੇਗਾ ਦੇਖੋ ਉਸ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਮਲਟੀਪਲਾਈ ਦੇਖਣ ਨੂੰ ਮਿਲ ਰਹੀ ਆ ਤਾਂ ਆਪਾਂ ਮਲਟੀਪਲਾਈ ਕਰਾਂਗੇ ਠੀਕ ਹੈ ਆਪਣੇ ਕੋਲ ਆ ਗਿਆ 5 2 10 ਜੋੜ 3 ਮਤਲਬ ਕਿ ਬ੍ਰੈਕਟ ਦੇ ਵਿੱਚ ਦੇਖੋ ਆਪਣਾ ਸਾਰੇ ਦਾ ਜੋੜ ਕੇ ਇਸ ਨੂੰ ਸੋਲਵ ਕਰਕੇ ਆਪਣੇ ਕੋਲ 13 ਬਣ ਰਿਹਾਗਾ ਠੀਕ ਹੈ ਆਪਾਂ ਨੇ 13 ਇੱਥੇ ਲਿਖ ਲਿਆ ਇਸ ਦੇ ਨਾਲ 2 ਆਏਗਾ 6 ਠੀਕ ਹੈ ਜੋੜ 4 ਡਿਵਾਈਡ 2 ਹੁਣ ਦੇਖੋ ਜਦੋਂ ਆਪਾਂ ਨੇ ਇਸ ਨੂੰ ਕੀਤਾ ਸੋਲਵ ਇਸ ਨੂੰ ਆਫ ਨੂੰ ਜਦੋਂ ਆਪਾਂ ਨੇ ਸੋਲਵ ਕੀਤਾ ਤਾਂ ਆਪਣੇ ਕੋਲ 13 ਦੁਨਾ 26 ਬਣ ਗਿਆ ਠੀਕ ਹੈ ਗੁਣਾ ਦੇ ਵਿੱਚ ਇੱਥੇ 6 ਹੈਗਾ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਅ ਡਿਵਾਈਡ ਵੀ ਪਈਏਗਾ ਠੀਕ ਹੈ ਡਿਵਾਈਡ ਨੂੰ ਆਪਾਂ ਨੇ ਸੋਲਵ ਕਰਨਾ ਹੈਗਾ ਹੁਣ ਠੀਕ ਹੈ ਡਿਵਾਈਡ ਨੂੰ ਸੋਲਵ ਕਰਨ ਦੇ ਵਾਸਤੇ ਆਪਾਂ 4/2 ਕਹਿ ਸਕਦੇ ਹਾਂਗੇ 4/2 ਜਦੋਂ ਆਪਾਂ ਨੇ ਕੀਤਾ ਤਾਂ ਆਪਣੇ ਕੋਲ ਇੱਥੇ 2 ਆ ਗਿਆ ਠੀਕ ਹੈ ਤਾਂ ਦੇਖੋ ਇਸ ਦੇ ਅੱਗੇ ਪਲੱਸ ਸੀਗਾ ਇੱਥੇ ਆਹ ਪਲੱਸ ਆਪਾਂ ਨੇ ਇਸੇ ਤਰ੍ਹਾਂ ਲਿਖ ਲਿਆ ਤੇ ਇੱਥੇ ਲਿਖ ਲਿਆ ਆਪਾਂ ਨੇ 2 ਤਾਂ ਉਸ ਤੋਂ ਬਾਅਦ ਆਪਾਂ ਨੇ 6 ਨੂੰ ਗੁਣਾ ਕਰਨੀ ਹੈਗੀ 26 ਦੇ ਨਾਲ 6 ਨੂੰ ਜਦੋਂ ਆਪਾਂ 26 ਦੇ ਨਾਲ ਗੁਣਾ ਕਰਾਂਗੇ 26 ਨੂੰ 2 ਨਾਲ 26 ਨੂੰ ਫਿਰ 2 ਨਾਲ 26 ਨੂੰ 2 ਨਾਲ ਫਿਰ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ 26 ਦੁਨਾ 52 26 ਦੁਨਾ 52 ਤੇ 26 ਦੁਨਾ 52 ਹੁੰਦਾ ਹੈਗਾ ਠੀਕ ਹੈ ਤਾਂ ਆਪਣਾ ਦੇਖੋ ਤਿੰਨ ਵਾਰੀ 50 50 ਹੋ ਗਿਆ ਤਾਂ ਆਪਾਂ 150 ਦੇ 2 2 ਉੱਪਰ ਸੀਗਾ ਤਾਂ ਆਪਾਂ 6 ਆਪਣਾ 156 ਇਸਦਾ ਬਣ ਚੁੱਕੇਗਾ 156 ਜੋੜ ਦੋ ਤਾਂ ਇਸਦਾ 158 ਆਪਣਾ ਆਨਸਰ ਨਿਕਲ ਕੇ ਸਾਹਮਣੇ ਆ ਜਾਈਗਾ ਉਹ ਹੈਗਾ ਆਪਣਾ ਸੀ অপਸ਼ਨ ਦੇ ਵਿੱਚ ਠੀਕ ਹੈ ਸੀ ਆਪਣਾ ਇਸਦਾ ਰਾਈਟ ਆਨਸਰ ਹੋਏਗਾ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਪ੍ਰਸ਼ਨ ਦੇ ਵੱਲ ਵਧਦੇ ਹਾਂ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਠੀਕ ਹੈ ਤਾਂ ਦੇਖੋ ਇਹ ਸੀਗਾ ਆਪਣਾ ਬ੍ਰੈਕਟ ਬ੍ਰੈਕਟ ਦੇ ਵਿੱਚ ਆਪਾਂ ਨੂੰ ਸਿਰਫ ਡਿਵਾਈਡ ਨਜ਼ਰ ਆ ਰਹੀ ਹੈਗੀ ਠੀਕ ਹੈ ਤਾਂ ਆਪਾਂ ਡਿਵਾਈਡ ਨੂੰ ਕਿਸ ਤਰ੍ਹਾਂ ਸੋਲਵ ਕਰਦੇ ਹੁੰਦੇ ਆ 6/2 ਇਸ ਨੂੰ ਕੱਟ ਕੇ ਆਪਣਾ 3 ਆ ਰਿਹਾਗਾ ਠੀਕ ਹੈ ਤਾਂ ਆਪਾਂ ਦੇਖੋ ਇਸ ਨੂੰ ਸਿੱਧਾ ਬ੍ਰੈਕਟ ਵਾਲੇ ਨੂੰ 3 ਲਿਖ ਲਿਆ ਬ੍ਰੈਕਟ ਦੇ ਵਿੱਚ ਤਾਂ ਇਸ ਦੇ ਅੱਗੇ 3 ਸੀਗਾ ਠੀਕ ਹੈ ਜੋੜ ਦੋ ਜੋੜ 15 ਠੀਕ ਹੈ ਜਿਸ ਤਰ੍ਹਾਂ ਸੋਲਵ ਹੋ ਰਿਹਾ ਆਪਾਂ ਇਸ ਤਰ੍ਹਾਂ ਹੀ ਸੋਲਵ ਕਰੋ ਇੱਕ ਤਰ੍ਹਾਂ ਇਸ ਨੂੰ ਠੀਕ ਹੈ ਸਪੀਡ ਤਾਂ ਜਿਹੜੀ ਬਣਾਉਣੀ ਆ ਆਪਾਂ ਬਾਅਦ ਦੇ ਵਿੱਚ ਬਣਾਵਾਂਗੇ ਠੀਕ ਹੈ ਇੱਕ ਵਾਰ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਣਾ ਚਾਹੀਦਾ ਹੈਗਾ ਜਿਹੜੇ ਬੱਚੇ ਬਿਲਕੁਲ 0 ਤੋਂ ਕਰਨਾ ਚਾਹੁੰਦੇ ਨੇਗੇ ਠੀਕ ਹੈ ਜੇਕਰ ਵੈਸੇ ਵੀ ਤੁਸੀਂ ਨੇ ਦੇਖੋ ਕਈ ਵਾਰ ਆਪਾਂ ਨੂੰ ਇੰਜ ਹੁੰਦਾ ਹੈ ਕਿ ਆਪਾਂ ਕਾਪੀ ਦੇ ਵਿੱਚ ਉਸ ਨੂੰ ਨੋਟ ਕਰਨਾ ਨਹੀਂ ਚਾਹੁੰਦੇ ਹੁੰਦੇ ਠੀਕ ਹੈ ਆ ਕਿ ਆਪਾਂ ਪੈਕੀ ਕਲਾਸ ਦੇਖਣੀ ਹੁੰਦੀ ਹੈ ਕਈ ਵਾਰ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਨੂੰ ਇੱਕਦਰਾ ਰਿਵੀਜ਼ਨ ਵਜੋਂ ਵੀ ਇਸ ਨੂੰ ਵਰਤ ਸਕਦੇ ਹੋ ਜੇਕਰ ਤੁਸੀਂ ਨੇ ਇੱਕ ਵਾਰ ਕਲਾਸ ਲਗਾ ਲਈ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਨੂੰ ਸਟਾਰਟ ਕਰ ਲਿਆ ਕਰੋ ਠੀਕ ਹੈ ਸਪੀਡ ਵਧਾ ਕੇ ਬਾਅਦ ਦੇ ਵਿੱਚ ਦੇਖ ਸਕਦੇ ਹੋ ਰਿਪੀਟ ਕਰਨ ਦੇ ਵਾਸਤੇ ਜਦੋਂ ਵੀ ਕਲਾਸ ਲਗਾਉਣ ਦਾ ਤੁਹਾਡਾ ਦੁਆਰਾ ਤੋਂ ਜੀ ਕਰੇ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਤਿੰਨ ਦੀ ਤਿੰਨ ਨਾਲ ਹੁਣਾ ਕਰ ਲਓ ਆਪਾਂ ਠੀਕ ਹੈ ਤਾਂ ਆਪਣਾ ਇੱਥੇ ਆ ਜਾਏਗਾ 9 ਤਾਂ ਉਸ ਤੋਂ ਬਾਅਦ ਦੇਖੋ ਇਹਨਾਂ ਦਾ ਵੀ ਆਪਾਂ ਜੋੜ ਕਰ ਲੈਣੇਗੇ ਠੀਕ ਹੈ ਇਹਨਾਂ ਦਾ ਜੋੜ ਕਰ ਲਓ ਆਪਣੇ ਕੋਲ ਆ ਜਾਏਗਾ 17 ਉਸ ਤੋਂ ਬਾਅਦ 3 ਇਹਨਾਂ ਦਾ ਸਾਰਿਆਂ ਦਾ ਆਪਾਂ ਨੇ ਜਦੋਂ ਜੋੜ ਕਰ ਲਿਆ ਤਾਂ ਦੇਖੋ ਇਸ ਤਰ੍ਹਾਂ ਜੋੜ ਕਰ ਲਓ ਇਹ ਬਣ ਗਿਆ 20 ਤੇ 9 29 ਤਾਂ ਇਸ ਦਾ ਡੀ অপਸ਼ਨ ਇਸ ਦਾ ਰਾਈਟ ਆਨਸਰ ਹੋਏਗਾ ਉਸ ਤੋਂ ਬਾਅਦ ਦੇਖੋ ਅਗਲੇ ਪ੍ਰਸ਼ਨ ਦੇ ਵੱਲ ਸਵਾਲ ਦੇ ਵੱਲ ਵਧਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਬ੍ਰੈਕਟ ਸੋਲਵ ਕਰਨਾ ਹੈਗਾ ਬ੍ਰੈਕਟ ਦੇ ਵਿੱਚ ਵੀ ਦੇਖੋ ਆਪਾਂ ਨੂੰ ਅਲੱਗ ਅਲੱਗ ਆਪਰੇਸ਼ਨਸ ਨਜ਼ਰ ਆ ਰਹੇ ਨੇਗੇ ਠੀਕ ਹੈ ਦੇਖੋ ਇੱਥੇ ਗੁਣਾ ਹੈ ਇੱਥੇ ਵੀ ਗੁਣਾ ਹੈ ਤਾਂ ਵਿਚਾਲੇ ਆਪਾਂ ਨੂੰ ਜੋੜ ਨਜ਼ਰ ਆ ਰਿਹਾ ਹੈਗਾ ਤਾਂ ਦੇਖੋ ਇਹਨਾਂ ਦੀ ਆਪਾਂ ਸਭ ਤੋਂ ਪਹਿਲਾਂ ਗੁਣਾ ਕਰ ਲਾਂਗੇ ਇਹਨਾਂ ਦੀ ਗੁਣਾ ਕਰਕੇ ਦੇਖੋ ਆਪਣੇ ਕੋਲ ਕੀ ਆ ਗਿਆ 3 2 6 ਜੋੜ 2 1 3 ਠੀਕ ਹੈ 6 2 8 ਇਹਨਾਂ ਦਾ ਦੋਨਾਂ ਦਾ ਜੋੜ ਕਰਕੇ ਆਪਣੇ ਕੋਲ 8 ਬਣ ਗਿਆ ਤਾਂ ਬਾਹਰਲੇ ਪਾਸੇ 6 ਹੈਗਾ ਜੋੜ ਇਸ ਤੇ ਅੱਗੇ 18 ਆਏਗਾ। ਕਟਾ 5 ਤਾਂ ਦੇਖੋ 6 ਦੀ 8 ਦੇ ਨਾਲ ਆਪਾਂ ਹੁਣ ਗੁਣਾ ਕਰਨੀ ਹੈਗੀ ਠੀਕ ਹੈ 6 ਦੀ 8 ਦੇ ਨਾਲ ਗੁਣਾ ਕਰਕੇ ਆਪਣੇ ਕੋਲ 48 ਆ ਜਾਏਗਾ। 48 ਦੇ ਵਿੱਚ 18 ਜੋੜ ਦੋ। ਠੀਕ ਹੈ 48 ਦੇ ਵਿੱਚ ਦੇਖੋ ਇਹਨਾਂ ਦਾ 18 ਬਣ ਗਿਆ ਨਾ ਆਪਣੇ ਕੋਲ ਇੱਥੇ 18 ਲਿਖ ਲਓ। ਕਟਾ 5 ਤਾਂ ਇੱਥੇ ਦੇਖੋ 48 ਦੇ ਵਿੱਚ ਜਦੋਂ ਆਪਾਂ ਨੇ ਇੱਕ ਵਾਰ 20 ਜੋੜੇ ਠੀਕ ਹੈ ਤਾਂ ਆਪਣੇ ਕੋਲ 64 ਤੇ 68 ਦੇ ਵਿੱਚੋਂ 2 ਘਟਾ ਕੇ 66 ਆ ਜਾਏਗਾ 66 ਦੇ ਵਿੱਚੋਂ 5 ਘਟਾ ਲਓ ਠੀਕ ਹੈ ਤਾਂ ਆਪਣੇ ਕੋਲ 61 ਆ ਜਾਏਗਾ ਤਾਂ ਇਸ ਦਾ ਜਿਹੜਾ ਏ ਆਪਸ਼ਨ ਹੈਗੀ ਇਸ ਦਾ ਰਾਈਟ ਆਨਸਰ ਹੋਏਗਾ ਉਸ ਤੋਂ ਬਾਅਦ ਅਗਲੇ ਸਵਾਲ ਦੇ ਵੱਲ ਵਧਦੇ ਆਪਾਂ ਅਗਲੇ ਸਵਾਲ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਬ੍ਰੈਕਟ ਹੀ ਸੋਲਵ ਕਰਨਾ ਹੁੰਦਾ ਹੈ ਬ੍ਰੈਕਟ ਇਹ ਹੈਗਾ ਆਪਣੇ ਕੋਲ ਠੀਕ ਹੈ ਬ੍ਰੈਕਟ ਦੇ ਵਿੱਚ 8 ਵਟਾ 2 ਹੈਗਾ ਮਤਲਬ ਕਿ 4 ਹੈਗਾ ਠੀਕ ਹੈ ਤਾਂ ਆਪਾਂ ਇਸ ਨੂੰ ਸਾਰੇ ਬ੍ਰੈਕਟ ਨੂੰ ਕੱਟ ਕੇ ਆਪਾਂ ਇੱਥੇ 4 ਲਿਖ ਸਕਦੇ ਹਾਂਗੇ ਠੀਕ ਹੈ ਆਪਣੇ 4 ਲਿਖ ਲਿਆ 4 ਤੇ ਬਾਹਰਲੇ ਪਾਸੇ ਆਪਾਂ ਨੂੰ 3 ਨਜ਼ਰ ਆ ਰਿਹਾ ਹੈਗਾ ਠੀਕ ਹੈ 4 3 12 ਹੋ ਜਾਏਗਾ ਠੀਕ ਹੈ ਤਾਂ ਦੇਖੋ ਆਪਾਂ ਇਸ ਨੂੰ ਵੀ ਘੱਟ ਦੋ 4 3 12 ਹੈਗਾ ਘਟਾ ਦਾ 12 ਦੇਖੋ ਇੱਥੋਂ ਤੱਕ ਆਪਣੀ ਸਟੇਟਮੈਂਟ ਬਣ ਚੁੱਕੀ ਹੈਗੀ ਉਸ ਤੋਂ ਪਹਿਲਾਂ ਆਪਾਂ ਨੇ ਡਿਵਾਈਡ ਸੋਲਵ ਉਸ ਤੋਂ ਬਾਅਦ ਡਿਵਾਈਡ ਕਰਨਾ ਹੁੰਦਾ ਹੈਗਾ ਦੇਖੋ 8 2 5 3 ਦੇਖੋ ਇਹਨਾਂ ਦੀ ਜੋਟੀ ਬਣ ਰਹੀ ਆ ਉਸ ਤੋਂ ਬਾਅਦ ਇਹਨਾਂ ਦੋਨਾਂ ਦੀ ਠੀਕ ਹੈ ਉਸ ਤੋਂ ਬਾਅਦ ਫਿਰ ਜੋੜ ਦੀ ਨਿਸ਼ਾਨੀ ਆ ਗਈ ਉਸ ਤੋਂ ਬਾਅਦ 16 ਡਿਵਾਈਡ 8 ਹੈਗਾ ਮਤਲਬ ਕਿ 16 ਵਟਾ 8 ਆਪਾਂ ਕਹਿ ਸਕਦੇ ਹਾਂਗੇ ਘਟਾ 12 ਠੀਕ ਹੈ ਘਟਾ 12 ਆਏਗਾ ਇਸ ਨੂੰ ਸਾਰੇ ਨੂੰ ਸੋਲਵ ਕਰਕੇ ਆਪਣੇ ਕੋਲ 12 ਆ ਗਿਆ ਸੀ 12 ਦੇ ਅੱਗੇ ਆਪਾਂ ਨੇ ਘਟਾ ਦੀ ਨਿਸ਼ਾਨੀ ਲਗਾ ਦਿੱਤੀ ਹੈਗੀ ਤਾਂ ਦੇਖੋ ਹੁਣ ਆਪਣੇ ਕੋਲ ਸਾਰੇ ਗੁਣਾ ਦੇ ਵਿੱਚ ਹੀ ਬਣ ਗਏ ਨੇ ਇੱਕ ਵਾਰ ਤਾਂ ਜੇਕਰ ਆਪਾਂ ਨੇ ਦੇਖੋ ਇਸ ਨੂੰ ਚਲੋ ਆਪਾਂ ਕਲਰ ਚੇਂਜ ਕਰਕੇ ਸਮਝ ਲੈਣੇ ਹਾਂਗੇ ਇਸ ਨੂੰ ਇਸ ਨੂੰ 8 8 8 2 16 ਹੁੰਦਾ ਹੈਗਾ ਤਾਂ ਦੇਖੋ ਹੁਣ ਬਿਲਕੁਲ ਸਿੰਪਲ ਫਾਰਮ ਦੇ ਵਿੱਚ ਇਹ ਆ ਚੁੱਕੇਗਾ ਇਸ ਨੂੰ ਕੱਟ ਲਓ ਇਸ ਨੂੰ ਕੱਟ ਕੇ ਆਪਣੇ ਕੋਲ ਕੀ ਆ ਜਾਂਦਾ ਹੈਗਾ 8 2 16 ਜੋੜ 5 3 15 ਠੀਕ ਹੈ ਉਸ ਤੋਂ ਬਾਅਦ ਜੋੜ 2 12 ਦੇਖੋ ਹੁਣ 16 ਜੋੜ 15 2 ਸੌਰੀ ਜੋੜ 2 12 ਇਹ ਆਪਣੇ ਕੋਲ ਇੱਕ ਸਿੰਪਲ ਫਾਰਮ ਦੇ ਵਿੱਚ ਇਹ ਸਾਰਾ ਕੁਝ ਨਿਕਲ ਕੇ ਆ ਜਾਏਗਾ ਦੇਖੋ ਠੀਕ ਹੈ 15 ਅਤੇ 16 ਜਦੋਂ ਆਪਾਂ ਇਹਨਾਂ ਦਾ ਜੋੜ ਕਰਦੇ ਹਾਂ ਤਾਂ ਆਪਣੇ ਕੋਲ ਦੇਖੋ ਕਿੰਨਾ ਬਣ ਜਾਏਗਾ 15 ਅਤੇ 16 31 ਹੋ ਗਏ ਆ ਦੋਨੋਂ 31 ਤੇ 233 33 ਦੇ ਵਿੱਚੋਂ 12 ਘਟਾਏ ਠੀਕ ਹੈ ਤਾਂ ਆਪਣੇ ਕੋਲ ਇੱਥੇ ਆ ਜਾਏਗਾ ਇਸ ਦਾ ਰਾਈਟ ਆਨਸਰ 21 ਠੀਕ ਹੈ 21 ਦੇਖੋ ਆਪਾਂ ਨੂੰ ਡੀ ਆਪਸ਼ਨ ਦੇ ਵਿੱਚ ਨਜ਼ਰ ਆ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਡੀ ਠੀਕ ਹੈ ਜੇਕਰ ਤੁਹਾਨੂੰ ਕਲਾਸ ਸਲੋ ਲੱਗ ਰਹੀ ਹੈ ਤਾਂ ਤੁਸੀਂ ਬਾਅਦ ਦੇ ਵਿੱਚ ਇਸ ਦੀ ਸਪੀਡ ਵਧਾ ਕੇ ਦੇਖ ਸਕਦੇ ਹੋ ਇੱਕ ਵਾਰ ਇਸ ਕਲਾਸ ਨੂੰ ਤੁਸੀਂ ਨੂੰ ਇਦਾਂ ਹੀ ਦੇਖਣਾ ਪਏਗਾ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਬ੍ਰੈਕਟ ਨਜ਼ਰ ਆ ਰਹੇਗਾ ਠੀਕ ਹੈ ਤਾਂ ਜਿਹੜੀ ਆਪਣੀ ਕਲਾਸ ਹੈਗੀ ਸਾਰੇ ਬੱਚਿਆਂ ਨੂੰ ਮੁੱਖ ਰੱਖਤੇ ਹੋਏ ਆਪਾਂ ਲਗਾ ਰਹੇ ਹਾਂਗੇ ਕਿ ਇਸ ਦੇ ਵਿੱਚ ਵੀਕ ਬੱਚੇ ਵੀ ਹੋ ਸਕਦੇ ਨੇ ਤਾਂ ਜੇਕਰ ਤੁਹਾਨੂੰ ਜ਼ਿਆਦਾ ਸਪੀਡ ਚਾਹੀਦੀ ਹੈ ਤਾਂ ਤੁਸੀਂ ਬਾਅਦ ਦੇ ਵਿੱਚ ਵੀ ਇਸ ਨੂੰ ਦੇਖ ਸਕਦੇ ਹੋ ਇੱਕ ਵਾਰ ਤੁਸੀਂ ਇਹ ਇਦਾਂ ਹੀ ਕਲਾਸ ਨੂੰ ਦੇਖ ਲਓ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਬ੍ਰੈਕਟ ਸੋਲਵ ਕਰਨ ਦੇ ਵਾਸਤੇ 5 ਦੇ 3 8 ਹੋ ਗਿਆ ਆਪਣੇ ਕੋਲ ਤਾਂ ਇਸ ਦੇ ਨਾਲ ਦੇਖੋ ਗੁਣਾ ਦੇ ਵਿੱਚ 1 ਹੈ ਤਾਂ ਆਪਾਂ ਨੂੰ ਇਸ ਦਾ ਕੋਈ ਚੱਕਰ ਨਹੀਂ ਹੈਗਾ ਜੋੜ ਮਤਲਬ ਕਿ ਇੱਥੋਂ ਤੱਕ ਆਪਣਾ ਸਵਾਲ ਇਹ ਸੋਲਵ ਹੋ ਚੁੱਕਿਆ ਹੈਗਾ ਉਸ ਤੋਂ ਬਾਅਦ ਦੇਖੋ 3/6 2 10 3 ਜੋੜ ਦੇ ਵਿੱਚ 8 ਹੈਗਾ ਕਿ ਤਾਂ ਦੇਖੋ ਇਸ ਨੂੰ ਆਪਾਂ ਸੋਲਵ ਕਰਨ ਦੇ ਵਾਸਤੇ 3 1 3 326 ਆ ਦੋ ਦੇ ਨਾਲ ਫੇਰਾ ਦੋ ਕੱਟ ਦੋ ਤਾਂ ਇੱਥੇ ਆਪਣੇ ਕੋਲ ਇੱਕ ਰਹਿ ਗਿਆ ਆ ਜੋੜ ਆ ਗਿਆ ਆਪਣੇ ਕੋਲ ਤਾਂ 10 3 8 ਤਾਂ ਦੇਖੋ ਆਪਣੇ ਕੋਲ ਇਹ ਚੀਜ਼ ਬਣ ਚੁੱਕੀ ਹੈਗੀ ਉਸ ਤੋਂ ਬਾਅਦ ਆਪਾਂ ਇਹ ਦੇਖੋ ਇਹ ਜਿਹੜੀ ਨਵੀਂ ਸਟੇਟਮੈਂਟ ਬਣ ਚੁੱਕੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਸੋਲਵ ਕਰਨਾ ਹੈਗਾ ਮਲਟੀਪਲਾਈ ਮਲਟੀਪਲਾਈ ਹੈਗੀ ਮਲਟੀਪਲਾਈ 10 3 30 30 8 38 ਠੀਕ ਹੈ 38 1 39 ਤਾ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਬੀ ਆਪਸ਼ਨ ਹੈਗਾ 39 ਆਪਣਾ ਇਸ ਦਾ ਆਨਸਰ ਹੋਏਗਾ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਮੈਨਸ 5 ਜੋੜ 3 ਤਾਂ ਦੇਖੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਬ੍ਰੈਕਟ ਦੇ ਵੱਲ ਨਜ਼ਰ ਮਾਰਨੀ ਹੈਗੀ ਠੀਕ ਹੈ ਬ੍ਰੈਕਟ ਦੇ ਵਿੱਚ ਦੇਖੋ ਬ੍ਰੈਕਟ ਦੇ ਵਿੱਚ ਵੀ ਆਪਾਂ ਨੇ ਬਾਡਮਾਸ ਅਲੱਗ ਤੋਂ ਲਗਾਉਣਾ ਹੋਇਆ ਕਰੇਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ ਇਸ ਦੇ ਵਿੱਚ ਮਲਟੀਪਲਾਈ ਹੀ ਨਜ਼ਰ ਆ ਰਹੀ ਹੈਗੀ ਠੀਕ ਹੈ 2 1 2 ਠੀਕ ਹੈ ਜੋੜ 3 ਠੀਕ ਹੈ ਜੋੜ 5 2 10 2 5 10 ਕਹਿ ਸਕਦੇ ਹਾਂ ਤਾਂ ਇਹਨਾਂ ਦਾ ਜਿਹੜੇ ਆਪਣੇ ਦੇਖੋ ਇਹ ਜੋੜ ਦੇ ਵਿੱਚ ਹੀ ਰਹਿ ਕੇ ਬ੍ਰੈਕਟ ਵਾਲੇ ਉਸ ਤੋਂ ਬਾਅਦ ਠੀਕ ਹੈ ਤਾਂ 10 ਤੇ 5 15 ਆਪਣਾ ਇੱਥੇ ਬ੍ਰੈਕਟ ਵਾਲਾ ਬਣ ਚੁੱਕੇਗਾ ਤਾਂ ਇਹ 15 ਆ ਗਿਆ ਆਪਣੇ ਕੋਲ ਤਾਂ ਇਸ ਦੇ ਨਾਲ ਦੇਖੋ ਤੰਨੇਗਾ 15 30 45 ਆ ਤਿੰਨ ਸੀਗਾ ਜਿਹੜਾ ਆਪਾਂ ਨੇ ਇੱਥੇ ਲਿਖਿਆ ਠੀਕ ਹੈ ਤਾਂ ਇਹ ਆਪਣਾ ਸਾਰਾ ਜਿਹੜਾ ਬ੍ਰੈਕਟ ਵਾਲਾ ਸੀਗਾ ਉਹ ਆਪਣਾ 45 ਬਣ ਚੁੱਕੇਗਾ ਇੱਥੋਂ ਤੱਕ ਦਾ ਤਾਂ ਉਸ ਤੋਂ ਬਾਅਦ ਜੋੜ 60 ਠੀਕ ਹੈ ਤਾਂ ਜੋੜ ਘਟਾ ਦਾ ਪੰਜ ਸੀਗਾ ਤਾਂ ਉਸ ਤੋਂ ਬਾਅਦ ਦੇਖੋ ਆਪਣੇ ਕੋਲ ਇਹ ਹੈਗਾ ਜਿਹੜਾ 40 ਦੇ ਵਿੱਚੋਂ 5 ਘਟਾਈ ਕਿਉਂਕਿ 5 ਘਟਾਦਾ ਤੇ 40 ਜੋੜਦਾ ਤਾਂ 45 ਜੋੜਦਾ ਹੈਗਾ ਠੀਕ ਹੈ ਤਾਂ ਆਪਣੇ ਕੋਲ ਇੱਥੇ ਇਹ 40 ਰਹਿ ਜਾਏਗਾ ਜੋੜ 60 ਮਤਲਬ ਕਿ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਬਣ ਜਾਏਗਾ ਆਪਣਾ 100 অপਸ਼ਨ ਸੀ ਇਸ ਦਾ ਰਾਈਟ ਆਨਸਰ ਹੈਗਾ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵੱਲ ਸਵਾਲ ਦੇ ਵੱਲ ਵਧਦੇ ਹਾਂ ਤਾਂ ਬ੍ਰੈਕਟ ਦੇ ਵਿੱਚ ਹੈਗਾ ਦੇਖੋ ਸਭ ਤੋਂ ਪਹਿਲਾਂ ਆਪਣੇ ਬ੍ਰੈਕਟ ਦੇਖਣਾ ਹੈਗਾ ਠੀਕ ਹੈ ਤਾਂ ਦੇਖੋ ਬ੍ਰੈਕਟ ਦੇਖਣ ਦੇ ਵਾਸਤੇ ਆਪਾਂ ਉਸ ਤੋਂ ਬਾਅਦ ਵੀ ਆਪਾਂ ਨੇ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਕਿਹੜੀ ਸਿੰਬਲ ਹੈਗੀ ਤਾਂ ਦੇਖੋ ਆਪਾਂ ਨੂੰ ਡਿਵਾਈਡ ਨਜ਼ਰ ਆ ਰਹੇਗਾ ਤਾਂ ਆਪਾਂ ਇਸ ਨੂੰ 5/15 ਲਿਖ ਸਕਦੇ ਹਾਂ ਜੋੜ 8 ਇਸ ਤੇ ਅੱਗੇ ਆਏਗਾ ਗੁਣਾ 3 ਠੀਕ ਹੈ 5 1 5 5 3 15 ਤਾਂ ਇਹ ਵੀ ਆਪਾਂ ਕੱਟ ਦਾਂਗੇ 3 ਦੇ ਨਾਲ 3 ਕੱਟ ਰਿਹਾ ਤਾਂ ਸਾਰੀ ਜਿਹੜੀ ਆ ਚੀਜ਼ ਬਚ ਕੇ ਇਹਦਾ ਮਤਲਬ 1 ਤਾਂ 1 ਆ 8 ਆਹ 8 ਤੇ 1 ਜਿਹੜਾ ਬ੍ਰੈਕਟ ਦੇ ਵਿੱਚ ਹੈਗਾ ਇਹਦਾ ਮਤਲਬ ਹੋ ਗਿਆ ਸਾਰੇ ਦਾ ਮਤਲਬ 9 ਸਾਰੇ ਬਰੈਕਟ ਦਾ ਮਤਲਬ ਹੋ ਗਿਆ 9 ਇਸ ਤੇ ਅੱਗੇ ਆਪਾਂ ਨੂੰ ਕੀ ਨਜ਼ਰ ਆ ਰਿਹਾ ਹੈਗਾ 2 ਜੋੜ 5 10 ਦੇ ਅੱਗੇ ਵੀ ਫੇਰ ਘਟਾ ਦੀ ਨਿਸ਼ਾਨੀ ਹੈਗੀ ਠੀਕ ਹੈ ਤਾਂ ਆਪਾਂ ਇਹਨਾਂ ਦੀ ਗੁਣਾ ਕਰ ਲਾਂਗੇ 9 2 18 18 ਦੇ ਅੱਗੇ ਜੋੜ ਠੀਕ ਹੈ ਜੋੜ 5 5 ਤੇ ਅੱਗੇ ਘਟਾ 10 ਤੇ ਅੱਗੇ 20 ਘਟਾ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਨੂੰ ਕੀ ਨਜ਼ਰ ਆ ਰਿਹਾ ਹੈਗਾ ਇੱਥੇ 10 ਤੇ 5 15 ਠੀਕ ਹੈ ਇੱਥੇ ਆ ਗਿਆ ਆਪਣੇ ਕੋਲ 15 ਦੋਨਾਂ ਦੇ ਅੱਗੇ ਘਟਾਅ ਸੀਗਾ ਤਾਂ ਇੱਥੇ ਵੀ ਆਪਾਂ ਨੂੰ ਘਟਾਅ ਹੀ ਲਿਖਣਾ ਪਏਗਾ 15 ਆਏਗਾ ਜਿਹੜਾ ਘਟਾਅ ਦਾਏਗਾ ਉਸ ਤੋਂ ਬਾਅਦ ਜੋੜ 18 ਠੀਕ ਹੈ ਤਾਂ ਦੇਖੋ 15 ਤੇ 18 ਮਤਲਬ ਕਿ ਦੇਖੋ 15 ਘਟਾਅ ਦਾਏਗਾ ਠੀਕ ਹੈ ਤੇ 18 ਜੋੜ ਦੇ ਇਸ ਦਾ ਮਤਲਬ ਕਿ 18 ਦੇ ਵਿੱਚੋਂ 15 ਘਟਾਏ ਹੈ ਤਾਂ ਆਪਣੇ ਕੋਲ 3 ਬਚ ਜਾਏਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਜਿਹੜਾ ਬੀ ਆਪਸ਼ਨ ਹੋਏਗੀ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਸਭ ਤੋਂ ਪਹਿਲਾਂ ਦੇਖੋ ਬ੍ਰੈਕਟ ਨਜ਼ਰ ਆਏਗਾ ਆਪਾਂ ਨੂੰ ਠੀਕ ਹੈ ਬ੍ਰੈਕਟ ਦੇ ਵਿੱਚ ਵੀ ਆਪਾਂ ਨੇ ਸਿੰਬਲ ਦੇਖਿਆ ਹੈਗਾ ਆ ਡਿਵਾਈਡ ਦਾ ਠੀਕ ਹੈ ਤਾਂ ਆਪਾਂ ਦੇਖੋ ਇਸੇ ਤਰ੍ਹਾਂ ਇੱਕ ਵਾਰ ਲਿਖ ਲੈਣੇਗੇ ਇਸ ਨੂੰ 10 2 5 8 4 ਕਰ ਲੋ ਇਸ ਨੂੰ ਠੀਕ ਹੈ 8 ਇੱਥੇ ਆ ਜਾਏਗਾ 2 ਇੱਥੇ ਆ ਜਾਏਗਾ 1 4 1 4 4 2 8 ਤਾਂ ਉਸ ਤੋਂ ਬਾਅਦ ਆਪਾਂ ਨੇ ਦੇਖੋ ਇਸ ਨੂੰ ਵੀ ਸੋਲਵ ਕਰ ਲਿਆ ਮਤਲਬ ਕਿ ਦੇਖੋ نیچے ਵਾਲਾ ਆਪਾਂ ਨੂੰ ਹੁਣ ਲਿਖਣ ਦੀ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਤਾਂ ਇੱਥੇ ਸਾਰਾ ਆਪਣੇ ਕੋਲ ਕੱਟ ਕੇ ਇਸ ਤਾਂ ਬਚ ਗਿਆ ਦੋ ਤਾਂ ਇੱਥੇ ਆਪਣੇ ਦੋ ਲਿਖ ਲਿਆ ਇਹਨਾਂ ਦੀ ਗੁਣਾ ਕਰ ਲੋ 10 2 20 ਆ ਗਿਆ ਆਪਣੇ ਕੋਲ ਠੀਕ ਹੈ ਤਾਂ ਆਪਾਂ ਨੇ ਇਸ ਨੂੰ 20 ਲਿਖ ਲਿਆ ਤਾਂ 20 ਤੇ 5 25 ਤੇ 2 27 ਠੀਕ ਹੈ ਤਾਂ ਆਪਣਾ ਦੇਖੋ ਇੱਥੇ ਬਚ ਗਿਆ ਸਾਰਾ ਆਪਣੇ ਕੋਲ 27 ਗੁਣਾ 2 ਕਿਉਂਕਿ ਆਫ ਦੇ ਵਿੱਚ ਹੈ ਨਾ ਆਫ ਦਾ ਮਤਲਬ ਗੁਣਾ ਤਾਂ ਉਸ ਤੋਂ ਬਾਅਦ 15 ਇਸ ਤੇ ਅੱਕੇ ਘਟਾਏਗਾ ਠੀਕ ਹੈ 27 ਬਚ ਗਿਆ ਆਪਣੇ ਕੋਲ ਤੇ ਇਸ ਦੇ ਨਾਲ ਆਫ ਦੇ ਵਿੱਚ ਹੈਗਾ ਆਪਣੇ ਕੋਲ ਆ ਆਫ ਦੇ ਵਿੱਚ ਹੈਗਾ ਆਪਣੇ ਕੋਲ 2 27 ਦੁਨਾ 54 ਹੋ ਗਿਆ ਠੀਕ ਹੈ 54 ਘਟਾ ਦੇਗਾ ਜਿਹੜਾ ਆਪਣੇ ਕੋਲ 54 ਹੈਗਾ ਘਟਾ ਦੇਗਾ ਕਿਉਂਕਿ 2 ਦੇ ਅੱਗੇ ਘਟਾ ਦੀ ਨਿਸ਼ਾਨੀ ਸੀਗੀ ਤਾਂ 54 ਦੇ ਅੱਗੇ ਘਟਾ ਦੀ ਨਿਸ਼ਾਨੀ ਆਏਗੀ ਤਾਂ ਇਸ ਦੇ ਨਾਲ ਆਪਾਂ ਨੇ 15 ਲਿਖ ਲਿਆ 54 ਦੇ ਵਿੱਚੋਂ ਜੇਕਰ ਆਪਾਂ 15 ਘਟਾਵਾਂਗੇ ਠੀਕ ਹੈ 10 ਘਟਾਏ ਠੀਕ ਹੈ 44 ਆ ਗਿਆ ਉੱਤੇ 5 ਹੋਰ ਘਟਾ ਕੇ ਆਪਣੇ ਕੋਲ 39 ਇਸ ਦਾ ਜਿਹੜਾ ਰਾਈਟ ਆਨਸਰ ਹੋ ਗਿਆ ਤਾਂ ਦੇਖੋ 54 ਦੇ ਅੱਗੇ ਘਟਾ ਦੀ ਨਿਸ਼ਾਨੀ ਸੀਗੀ ਤਾਂ 39 ਦੇ ਅੱਗੇ ਵੀ ਘਟਾ ਦੀ ਨਿਸ਼ਾਨੀ ਹੋਏਗੀ ਜਿਹੜਾ ਇਸ ਦਾ ਰਾਈਟ ਆਨਸਰ ਹੈਗਾ ਹੋਏਗਾ ਆਪਣਾ ਬੀ ਆਪਸ਼ਨ ਠੀਕ ਹੈ ਉਸ ਤੋਂ ਬਾਅਦ ਦੇਖੋ ਅਗਲੀ ਆਪਾਂ ਸਵਾਲ ਦੇ ਵੱਲ ਵਧਦੇ ਹਾਂਗੇ ਤਾਂ ਸਭ ਤੋਂ ਪਹਿਲਾਂ ਬ੍ਰੈਕਟ ਸੋਲਵ ਕਰਨਾ ਹੈਗਾ ਬ੍ਰੈਕਟ ਸੋਲਵ ਕਰਨ ਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਦੇਖੋ ਇਸ ਦੇ ਵਿੱਚ ਮਲਟੀਪਲਾਈ ਕਰਾਂਗੇ ਠੀਕ ਹੈ ਮਲਟੀਪਲਾਈ 85 40 ਤੇ 343 343 ਆਫ ਦੇ ਵਿੱਚ ਕੀ ਹੈਗਾ 2 ਠੀਕ ਹੈ ਜਦੋਂ ਆਫ ਦੇ ਵਿੱਚ 2 ਹੈਗਾ ਤਾਂ ਇਸ ਦਾ ਮਤਲਬ ਹੋਏਗਾ ਆਫ ਦੇ ਵਿੱਚ 2 ਦਾ ਮਤਲਬ 343 2 86 ਠੀਕ ਹੈ ਇੱਥੋਂ ਤੱਕ ਆਪਣਾ ਸਵਾਲ ਸੋਲਵ ਹੋ ਚੁੱਕਾ ਹੈਗਾ ਤਾਂ 86 ਦੇ ਅੱਗੇ ਜੋੜ ਹੈਗਾ ਠੀਕ ਹੈ ਤਾਂ ਦੇਖੋ -12 -7 ਇਹਦਾ ਮਤਲਬ ਹੋ ਗਿਆ -15 ਇਸ ਤੋਂ ਬਾਅਦ ਜੋੜ 15 ਜੋੜ 15 ਇੱਕ ਵਾਰ ਘਟਾ ਦਾ 15 ਇੱਕ ਵਾਰ ਜੋੜ ਦਾ 15 ਮਤਲਬ ਕਿ ਦੇਖੋ ਜੋੜ ਦਾ 15 ਦਾ ਮਤਲਬ ਇਹ ਹੁੰਦਾ ਹੈਗਾ 15 ਘਟਾ ਦਾ ਮਤਲਬ ਹੁੰਦਾ ਹੈਗਾ ਘਟਾ ਦਾ 15 ਠੀਕ ਹੈ ਮਤਲਬ ਕਿ 15 ਦੇ ਵਿੱਚੋਂ 15 ਘਟਾਏ ਤਾਂ ਆਪਣਾ 0 ਆ ਗਿਆ ਮਤਲਬ ਕਿ ਇਹ ਤਾਂ ਸਾਰੀ ਸਟੇਟਮੈਂਟ ਐ ਇੰਨੀ ਤਾਂ ਬਣ ਗਈ 0 ਤਾਂ ਆਪਣੇ ਕੋਲ ਬਚ ਗਿਆ ਇਹ ਇਕੱਲਾ ਪਲੱਸ ਵਾਲਾ ਜਿਹੜਾ ਆਪਣਾ ਸੀਗਾ 86 ਠੀਕ ਹੈ ਪਲੱਸ ਵਾਲਾ ਆਪਣਾ 86 ਬਚ ਗਿਆ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਈ অপਸ਼ਨ ਕਰ ਲਓ ਤੁਸੀਂ ਈ অপਸ਼ਨ ਹੈਗੀ ਜਿਹੜੀ ਆਪਣੀ 86 ਠੀਕ ਹੈ ਇਸ ਦਾ ਰਾਈਟ ਆਨਸਰ ਆਪਣਾ 86 ਹੋਏਗਾ ਤਾਂ ਇਹਨਾਂ ਦੇ ਵਿੱਚੋਂ ਆਪਣਾ ਇੱਥੇ ਮਿਸਟੇਕ ਹੋ ਚੁੱਕੀ ਹੈ ਆਪਸ਼ਨਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਅਗਲੇ ਸਵਾਲ ਦੇ ਵਿੱਚ ਦੇਖੋ ਆਪਾਂ ਨੂੰ ਬ੍ਰੈਕਟ ਨਹੀਂ ਦੇਖਣ ਨੂੰ ਮਿਲਿਆ ਠੀਕ ਹੈ ਤਾਂ ਆਪਾਂ ਇਸ ਨੂੰ ਇਸੇ ਤਰ੍ਹਾਂ ਸੋਲਵ ਕਰਨਾ ਹੈ ਇਸੇ ਤਰ੍ਹਾਂ ਸੋਲਵ ਕਰਨ ਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਦਿਖਾਂਗੇ ਡਿਵਾਈਡ ਡਿਵਾਈਡ ਦੇਖੋ ਆਪਾਂ ਇਸ ਨੂੰ ਕਰ ਸਕਦੇ ਹਾਂ 15 3 6 2 3 7 ਠੀਕ ਹੈ ਤਾਂ ਆਪਾਂ ਇਸ ਨੂੰ ਕੱਟ ਲਿਆਂਗੇ ਕੱਟ ਕੇ ਇੱਥੇ ਆ ਜਾਏਗਾ 5 ਠੀਕ ਹੈ ਤਾਂ ਇੱਥੇ ਆ ਜਾਏਗਾ 5 5 ਤੇ 6 ਆਪਣੇ ਕੋਲ ਬਚ ਚੁੱਕੇ 5 ਤੇ 6 5 ਤੇ 6 ਇਹਨਾਂ ਦੇ ਵਿੱਚਕਾਰ ਆਪਾਂ ਨੂੰ ਗੁਣਾ ਨਜ਼ਰ ਆ ਰਹੀ ਹੈ 1 ਗੁਣਾ ਇੱਥੇ ਨਜ਼ਰ ਆ ਰਹੀ ਹੈ ਤਾਂ ਇਹਨਾਂ ਦੀ ਆਪਾਂ ਗੁਣਾ ਕਰਕੇ 30 ਲਿਖ ਲਿਆ ਪੰਜ 31 ਜੋੜ ਤੇ ਇਹਨਾਂ ਦੀ ਵੀ ਆਪਾਂ ਗੁਣਾ ਕਰ ਲਾਂਗੇ ਆਪਸ ਦੇ ਵਿੱਚ ਜਦੋਂ ਇਹਨਾਂ ਦੀ ਗੁਣਾ ਕੀਤੀ ਤਾਂ ਆਪਣੇ ਕੋਲ 3 2 6 7 ਠੀਕ ਹੈ ਤਾਂ ਆਪਣਾ ਜਿਹੜਾ ਰਾਈਟ ਆਨਸਰ ਹੋਏਗਾ 336 36 ਤੇ 743 ਤਾਂ ਜਿਹੜਾ ਇਸ ਦਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਆਪਣਾ ਬੀ অপਸ਼ਨ ਇਸ ਦਾ 743 ਆਨਸਰ ਨਿਕਲ ਕੇ ਸਾਹਮਣੇ ਆਏਗਾ ਆਪਣੇ ਕੋਲ ਉਸ ਤੋਂ ਬਾਅਦ ਅਗਲਾ ਸਵਾਲ ਆਲੇਗਾ ਅਗਲੇ ਸਵਾਲ ਦੇ ਵਿੱਚ ਵੀ ਆਪਾਂ ਨੂੰ ਬ੍ਰੈਕਟ ਨਹੀਂ ਦੇਖਣ ਨੂੰ ਮਿਲਿਆ ਠੀਕ ਹੈ ਤਾਂ ਆਪਾਂ ਦੇਖੋ ਇਸ ਦੇ ਵਿੱਚ ਡਿਵਾਈਡ ਡਿਵਾਈਡ ਆ ਗਿਆ ਆਪਣੇ ਕੋਲ ਦੇਖੋ 45 9 45 9 ਦਾ ਮਤਲਬ 9 1 9 9 5 45 ਠੀਕ ਹੈ ਤਾਂ ਇਸ ਨੂੰ ਸਾਰੇ ਨੂੰ ਸੋਲਵ ਕਰਕੇ ਜਿਹੜਾ ਆਪਣੇ ਕੋਲ ਇੱਥੇ ਆ ਗਿਆ ਉਹ ਬਚ ਗਿਆ ਆਪਣੇ ਕੋਲ 5 ਇਸ ਨੂੰ ਸਾਰੇ ਨੂੰ ਸੋਲਵ ਕਰਕੇ ਆਪਣੇ ਕੋਲ 5 ਆ ਗਿਆ ਇੱਥੇ 5 ਤੋਂ ਬਾਅਦ ਜੋੜ 3 5 ਠੀਕ ਹੈ ਇਹ ਦੇਖੋ ਆਪਣੇ ਕੋਲ ਗੁਣਾ ਦਾ ਹੈਗਾ ਠੀਕ ਹੈ ਜਿਹੜਾ ਗੁਣਾ ਦਾ 5 3 15 ਇਸ ਦਾ ਮਤਲਬ ਹੈਗਾ ਇੱਥੇ 15 ਆਏਗਾ ਠੀਕ ਹੈ ਆਪਾਂ ਨੇ ਇਹ ਚੀਜ਼ ਵੀ ਇੱਥੋਂ ਲਿਖ ਲਈ ਉਸ ਤੋਂ ਬਾਅਦ ਦੇਖੋ 18 ਤੇ 12 ਆਏਗਾ 18 ਘਟਾ ਦੇ 12 ਜੋੜ ਦੇ ਤਾਂ ਮਤਲਬ ਕਿ 18 ਦੇ ਵਿੱਚੋਂ 12 ਘਟਾ ਲਾਂਗੇ 18 ਦੇ ਵਿੱਚੋਂ ਜਦੋਂ ਆਪਾਂ ਨੇ 12 ਘਟਾਏ ਤਾਂ ਆਪਣੇ ਕੋਲ ਬਚ ਗਿਆ 6 ਠੀਕ ਹੈ 18 ਦੇ ਅੱਗੇ ਘਟਾ ਦੀ ਨਿਸ਼ਾਨੀ ਸੀਗੀ 18 ਦੇ ਅੱਗੇ ਘਟਾ ਦੀ ਨਿਸ਼ਾਨੀ ਤਾਂ 6 ਦੇ ਅੱਗੇ ਵੀ ਘਟਾ ਦੀ ਨਿਸ਼ਾਨੀ ਆਏਗੀ ਤਾਂ ਆਹ ਵਾਲਾ ਜੋੜ ਆਪਾਂ ਨੇ ਇਸੇ ਤਰ੍ਹਾਂ ਲਿਖ ਲਿਆਗਾ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ 15 ਤੇ 5 ਸੀਗਾ ਜਿਹੜਾ 5 ਤੇ 15 ਦੋਨੋਂ ਪਲੱਸ ਤੇ ਸੀਗੇ ਤਾਂ ਆਪਣੇ ਕੋਲ ਇੱਥੇ ਬਣ ਜਿਗਾ 20 ਇਸਦੇ ਅੱਗੇ ਜੋੜ ਦੀ ਨਿਸ਼ਾਨੀ ਹੈ ਤੇ 6 ਦੇ ਕੇ ਘਟਾਏਗਾ ਠੀਕ ਹੈ ਤਾਂ 20 ਦੇ ਵਿੱਚੋਂ ਆਪਾਂ ਨੂੰ 6 ਘਟਾਉਣੇ ਪੈਣਗੇ ਠੀਕ ਹੈ 20 ਦੇ ਵਿੱਚੋਂ 6 ਘਟਾਏ ਤਾਂ ਆਪਣੇ ਕੋਲ ਇੱਥੇ 14 ਬਚ ਗਿਆ ਡੀ ਆਪਸ਼ਨ ਹੈਗੀ ਜਿਹੜੀ ਆਪਣਾ ਇਸ ਦਾ ਰਾਈਟ ਆਨਸਰ ਹੋ ਜੇਗੀ ਉਸ ਤੋਂ ਬਾਅਦ ਦੇਖੋ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਵੀ ਆਪਾਂ ਨੂੰ ਦੇਖੋ ਅ ਬ੍ਰੈਕਟ ਨਹੀਂ ਦੇਖਣ ਨੂੰ ਮਿਲਿਆ ਬ੍ਰੈਕਟ ਨਹੀਂ ਆਇਆ ਤਾਂ ਆਪਾਂ ਦੇਖੋ ਹੋਰ ਦੇਖਾਂਗੇ ਉਸ ਤੋਂ ਬਾਅਦ ਆਫ ਜਾਂ ਫਿਰ ਆਫ ਵੀ ਨਹੀਂ ਹੈ ਤਾਂ ਉਸ ਤੋਂ ਬਾਅਦ ਡਿਵਾਈਡ ਆਇਆ ਗਿਆ ਡਿਵਾਈਡ ਦੇਖੋ ਆਪਾਂ ਨੂੰ ਦੋ ਥਾਵਾਂ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਇੱਕ ਵਾਰ ਇੱਥੇ ਤੇ ਇੱਕ ਵਾਰ ਇੱਥੇ ਠੀਕ ਹੈ ਤਾਂ ਆਪਾਂ ਦੇਖੋ ਦੋਨਾਂ ਨੂੰ ਭਾਟੇ ਦੇ ਵਿੱਚ ਲਿਖ ਲਾਂਗੇ ਇਹਨਾਂ ਦੋਨਾਂ ਨੂੰ ਭਾਟੇ ਦੇ ਵਿੱਚ 16/3 ਤਾਂ ਅੱਗੇ ਗੁਣੇਗਾ ਦੇਖੋ ਆਹ ਵਾਲੀ ਗੁਣਾ ਲਿਖ ਲਈ ਉਸ ਤੋਂ ਬਾਅਦ ਇਹਨਾਂ ਨੂੰ ਭਾਟੇ ਦੇ ਵਿੱਚ 3/8 ਜੋੜ 15 ਜੋੜ 2 ਤਾਂ ਦੇਖੋ ਆਹ ਤਿੰਨ ਦੇ ਨਾਲ ਆਹ ਤਿੰਨ ਕੱਟ ਦੋ 8 1 8 8 2 16 ਤਾਂ ਦੇਖੋ ਆਹ ਸਾਰਾ ਕੱਟ ਕੇ ਆਪਣੇ ਕੋਲ ਕੁਝ ਨਹੀਂ ਬਚਿਆ نیچے ਤਾਂ ਇੱਕ ਬਚ ਗਿਆ ਨੀਚ ਵਾਲੇ ਇੱਕ ਦਾ ਕੋਈ ਮਤਲਬ ਨਹੀਂ ਹੁੰਦਾ ਤਾਂ ਆਪਣੇ ਕੋਲ ਦੇਖੋ ਇੱਥੇ ਉੱਪਰ ਤਾਂ ਬਚ ਗਿਆ 2 ਠੀਕ ਹੈ ਜੋੜ 15 ਆਹ ਵਾਲਾ 15 ਤੇ ਜੋੜ ਦੋ ਜੋੜ ਦੋ ਤਾਂ ਦੇਖੋ 15 ਦਾ ਇਹ ਬਚ ਗਿਆ ਤੇ ਦੋ ਤੇ ਦੋ 4 15 ਦੇ 4 ਜਿਹੜਾ ਸੀਗਾ ਆਪਣਾ 19 ਠੀਕ ਹੈ 19 ਤਾਂ ਰਾਈਟ ਆਨਸਰ ਹੈ ਉਹ ਹੈ ਜੀ ਬੀ ਆਪਸ਼ਨ ਦੇ ਵਿੱਚ ਤਾਂ ਉਸ ਤੋਂ ਬਾਅਦ ਦੇਖੋ ਅਗਲੇ ਸਵਾਲ ਦੇ ਵੱਲ ਵਧਦੇ ਆ ਅਗਲੇ ਸਵਾਲ ਦੇ ਵਿੱਚ ਦੇਖੋ ਆਪਾਂ ਕੀ ਦੇਖਦੇ ਆ ਕਿ ਦੋ ਬਰੈਕਟ ਨਜ਼ਰ ਆ ਰਹੇ ਨੇ ਠੀਕ ਹੈ ਤਾਂ ਆਪਾਂ ਦੋਨੋਂ ਬਰੈਕਟਸ ਨੂੰ ਸੋਲਵ ਕਰਾਂਗੇ ਦੇਖੋ ਇਹਦਾ ਵਿੱਚ ਬ੍ਰੈਕਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਇਹਦੇ ਵਿੱਚ ਗੁਣਾ ਆ ਰਹੀ ਹੈਗੀ ਠੀਕ ਹੈ 4 3 12 12 5 17 ਤਾਂ ਇੱਥੇ ਆ ਗਿਆ ਆਪਣਾ 17 ਆਫ ਦੇ ਵਿੱਚ ਕੀ ਹੈਗਾ 2 ਉਸ ਤੋਂ ਬਾਅਦ ਜੋੜ 2 ਅਗਲੇ ਬ੍ਰੈਕਟ ਦੇ ਨਾਲ ਆਫ ਦੇ ਵਿੱਚ ਹੈ ਤਾਂ ਬ੍ਰੈਕਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬ੍ਰੈਕਟ ਨੂੰ ਸੋਲਵ ਕਰਾਂਗੇ ਠੀਕ ਹੈ 9 1 10 ਤੇ 7 17 ਇਹ ਵੀ 17 ਆਪਣਾ ਬਣ ਰਿਹਾ ਹੈਗਾ 17 2 34 ਜੋੜ 17 2 34 ਤਾਂ 4 ਤੇ 4 8 3 ਤੇ 3 3 6 ਮਤਲਬ ਕਿ 68 ਇਸ ਤਰਾਇਟ ਆਨਸਰ ਹੋਏਗਾ 35 ਤੇ 35 70 ਹੁੰਦਾ ਉਸ ਦੇ ਵਿੱਚੋਂ ਦੋ ਘਟਾ ਕੇ ਆਪਾਂ ਦੇਖ ਸਕਦੇ ਹਾਂ ਉਸ ਤੋਂ ਬਾਅਦ ਦੇਖੋ ਆਪਣਾ ਅਗਲਾ ਸਵਾਲ ਠੀਕ ਹੈ ਅਗਲੇ ਸਵਾਲ ਦੇ ਵਿੱਚ ਵੀ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਬ੍ਰੈਕਟ ਦੇਖਣ ਨੂੰ ਨਜ਼ਰ ਆ ਰਿਹਾ ਹੈ ਠੀਕ ਹੈ ਤਾਂ ਦੇਖੋ 15 ਵਟਾ 5 ਠੀਕ ਹੈ ਗੁਣਾ 2 ਆਪਾਂ ਇਸ ਤਰ੍ਹਾਂ ਸੋਲਵ ਕਰਨਾ ਹੈ गाइस ਇਹਨੂੰ 5 1 5 5 3 15 3 2 6 ਮਤਲਬ ਕਿ ਬ੍ਰੈਕਟ ਨੂੰ ਸੋਲਵ ਕਰਕੇ ਆਪਣੇ ਕੋਲ ਆ ਗਿਆ 6 ਸਾਰੇ ਬ੍ਰੈਕਟ ਦੀ ਜਗ੍ਹਾ ਤੇ 6 ਇਸ ਦੇ ਨਾਲ ਅੱਗੇ 3 ਹੈਗਾ 6 18 ਠੀਕ ਹੈ ਤਾਂ ਆਪਾਂ ਇੱਥੇ 18 ਘਟਾ ਸਕਦੇ ਆ 3 ਦੇ ਅੱਗੇ ਘਟਾ ਦੀ ਨਿਸ਼ਾਨੀ ਸੀ ਇਸ ਥੇ ਕਿ ਘਟਾ ਦੀ ਨਿਸ਼ਾਨੀ ਲਗਾ ਦੇਾਂਗੇ ਤਾਂ ਦੇਖੋ ਇਹ ਆਪਣੀ ਨਵੀਂ ਸਟੇਟਮੈਂਟ ਬਣ ਚੁੱਕੀ ਹੈਗੀ ਠੀਕ ਹੈ ਤਾਂ ਉਸ ਦੇ ਵਿੱਚ ਦੇਖੋ ਆਪਾਂ 19 ਤੇ 2 21 ਬਣ ਜਾਂਦੇ ਨੇਗੇ ਠੀਕ ਹੈ 21 ਦੇ ਵਿੱਚੋਂ 18 ਘਟਾ ਲਓ ਜਦੋਂ 21 ਦੇ ਵਿੱਚੋਂ ਆਪਾਂ ਨੇ 18 ਘਟਾਏ ਤਾਂ ਇਸ ਦਾ ਜਿਹੜਾ ਆਪਣਾ ਰਾਈਟ ਆਨਸਰ ਹੋਏਗਾ ਉਹ ਆਪਣਾ ਹੋ ਜਾਏਗਾ 3 ਠੀਕ ਹੈ ਆਪਾਂ ਨੂੰ ਸੀ ਆਪਸ਼ਨ ਦੇ ਵਿੱਚ ਨਜ਼ਰ ਆ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੋਏਗੀ ਉਸ ਤੋਂ ਬਾਅਦ ਦੇਖੋ ਆਪਾਂ ਅਗਲੇ ਸਵਾਲ ਦੇ ਵੱਲ ਵਧਦੇ ਹਾਂ ਅਗਲੇ ਸਵਾਲ ਦੇ ਵਿੱਚ ਆਪਾਂ ਨੂੰ ਬ੍ਰੈਕਟ ਦੇਖ ਨੂੰ ਨਹੀਂ ਮਿਲਿਆ ਤਾਂ ਦੇਖੋ ਇਸ ਨੂੰ ਆਪਾਂ ਕੱਟਾਂਗੇ 99/11 ਆਪਾਂ ਨੂੰ ਡਿਵਾਈਡ ਦੇ ਵਿੱਚ ਇੱਥੇ ਦੇਖੋ ਡਿਵਾਈਡ ਦੇ ਵਿੱਚ ਹੈਗਾ ਤਾਂ ਇੱਥੇ ਕੱਟ ਕੇ ਆਪਣੇ ਕੋਲ 9 ਆ ਜਾਏਗਾ ਠੀਕ ਹੈ ਤਾਂ ਦੇਖੋ ਇਸ ਨੂੰ ਇੱਥੋਂ ਤੱਕ ਆਪਾਂ ਇਸ ਨੂੰ ਕੱਟ ਕੇ 9 ਲਿਖ ਸਕਦੇ ਆਂਗੇ ਠੀਕ ਹੈ 9 ਦੇ ਅੱਗੇ ਜੋ ਆਏਗਾ ਤਾਂ ਦੇਖੋ ਇਸ ਤੋਂ ਬਾਅਦ ਆਪਾਂ ਨੇ ਗੁਣਾ ਇੱਥੇ ਵੀ ਨਜ਼ਰ ਆ ਰਹੀ ਆ ਤੇ ਇੱਥੇ ਵੀ ਤਾਂ ਆਪਾਂ ਦੋਨੋਂ ਗੁਣਾ ਨੂੰ ਸੋਲਵ ਕਰਾਂਗੇ 7 ਚੌਕਾ 28 ਹੁੰਦਾ ਹੈਗਾ ਠੀਕ ਹੈ 28 ਇਹਨਾਂ ਦੇ ਵਿੱਚੋਂ ਕਿਸੇ ਵੀ ਮਰਜ਼ੀ ਦੇ ਨਾਲ ਇੱਕ ਵਾਰ ਘਟਾਓ ਦੀ ਨਿਸ਼ਾਨੀ ਆ ਤਾਂ ਆਪਾਂ ਇਸ ਤੇ ਇੱਕ ਘਟਾਓ ਲਿਖ ਲਾਂਗੇ ਤਾਂ ਉਸ ਤੋਂ ਬਾਅਦ ਦੇਖੋ ਆ ਜੋੜ ਹੈਗਾ ਜੋੜ ਲਿਖ ਲਿਆ ਉਸ ਤੋਂ ਬਾਅਦ 9 ਦੀ ਜਦੋਂ ਆਪਾਂ ਨੇ 5 ਨਾਲ ਗੁਣਾ ਕੀਤੀ ਤਾਂ 45 ਹੋ ਗਿਆ ਠੀਕ ਹੈ ਜੋੜ ਆਹ ਵਾਲਾ 9 ਪਿਆ ਸੀਗਾ ਜਿਹੜਾ ਐਂਟਲਾ ਆਪਾਂ ਕੱਟ ਕੇ ਬਣਾਇਆ ਸੀਗਾ ਠੀਕ ਹੈ ਉਸ ਤੋਂ ਬਾਅਦ ਦੇਖੋ 9 ਜੋੜਿਆ 45 ਠੀਕ ਹੈ ਹਾਂ 45 ਦੇ ਵਿੱਚ 9 ਜੋੜਿਆ ਤਾਂ ਆਪਣੇ ਕੋਲ ਇੱਥੇ 54 ਬਣ ਗਿਆ ਠੀਕ ਹੈ ਜੋੜ 28 ਦੀ ਅੱਗੇ ਘਟਾਇਆ ਸੀਗਾ ਠੀਕ ਹੈ ਜਦੋਂ ਆਪਾਂ ਨੇ ਇਸ ਨੂੰ ਸੋਲਵ ਕੀਤਾ ਮਤਲਬ ਕਿ 56 ਦੇ ਵਿੱਚੋਂ ਜਦੋਂ ਆਪਾਂ ਨੇ 28 ਘਟਾਏ ਤਾਂ ਆਪਣੇ ਕੋਲ ਇੱਥੇ ਬਚ ਗਿਆ ਆਪਣੇ ਕੋਲ 26 ਠੀਕ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਆਪਣਾ ਬੀ ਆਪਸ਼ਨ ਹੋਏਗੀ ਠੀਕ ਹੈ ਤਾਂ ਦੇਖੋ ਇਹ ਸੀਗੀ ਆਪਣੀ ਅੱਜ ਦੀ ਕਲਾਸ ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਤਰ੍ਹਾਂ ਦੇ ਸਵਾਲ ਠੀਕ ਹੈ ਅੱਜ ਆਪਾਂ ਪਹਿਲਾ ਦਿਨ ਸੀਗਾ ਇਸ ਕਰਕੇ ਆਪਾਂ ਨੇ ਈਜੀ ਸਵਾਲ ਲੈ ਕੇ ਆਏ ਠੀਕ ਹੈ ਕੱਲ ਨੂੰ ਆਪਾਂ ਇਸ ਦਾ ਹੋਰ ਹਾਈ ਲੈਵਲ ਵੱਲ ਵੱਧ ਚੱਲਾਂਗੇ ਠੀਕ ਹੈ ਸਕੁਅਰਾਂ ਵਾਲੇ ਵੀ ਆਉਣਗੇ ਕਯੂਬ ਵਾਲੇ ਵੀ ਆਉਣਗੇ ਭਟੇ ਵਾਲੇ ਵੀ ਆਉਣਗੇ ਆਪਣੀ ਸਿੰਪਲੀਫਿਕੇਸ਼ਨ ਦੇ ਵਿੱਚ ਹੀ ਠੀਕ ਹੈ ਤਾਂ ਆਪਾਂ ਉਹ ਵੀ ਤੁਹਾਨੂੰ ਸੋਲਵ ਕਰਨੇ ਦੱਸਾਂਗੇ ਅੱਜ ਪਹਿਲੀ ਕਲਾਸ ਸੀਗੀ ਇਸ ਕਰਕੇ ਆਪਾਂ ਨੇ ਸੌਖੇ ਸੌਖੇ ਸਵਾਲ ਇਸ ਕਲਾਸ ਦੇ ਵਿੱਚ ਲਏ ਨੇ ਠੀਕ ਹੈ ਟੇਬਲ ਤੁਸੀਂ ਨੇ ਯਾਦ ਜਰੂਰ ਕਰਨੇ ਆ ਸਕੁਅਰਾਂ ਕਿਊਬ ਠੀਕ ਹੈ ਜੇਕਰ ਤੁਹਾਨੂੰ ਇਹ ਇਸ ਤਰ੍ਹਾਂ ਨਹੀਂ ਮਿਲ ਰਿਹਾ ਤਾਂ ਆਪਾਂ ਪਹਿਲਾਂ ਤੋਂ ਕਲਾਸ ਹੋ ਚੁੱਕੀ ਹੈਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਉਸ ਦਾ ਲਿੰਕ ਠੀਕ ਹੈ ਪਲੇਲਿਸਟ ਦੇ ਵਿੱਚ ਉਹ ਸਿੰਪਲੀਫਿਕੇਸ਼ਨ ਦੇ ਵੀ ਜੇਕਰ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਤੇ ਤੁਸੀਂ ਸਕੁਅਰਾਂ ਕਯੂਬ ਤੇ ਟੇਬਲ ਸਾਰਾ ਕੁਝ ਦੇਖ ਸਕਦੇ ਆਪਾਂ ਨੇ ਪਹਿਲਾਂ ਤੋਂ ਕਰਵਾਏ ਹੋਏ ਨੇਗੇ ਠੀਕ ਹੈ ਤਾਂ ਕਲਾਸ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨੀ ਹੈਗੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾਗਾ ਆਪਣੇ ਚੈਨਲ ਦੇ ਉੱਤੇ ਡੇਲੀ ਕਲਾਸ ਦੇਖਣ ਨੂੰ ਮਿਲਿਆ ਕਰੇਗੀ ਪੀਟ੍ਰੀਪਲ ایس ਵੀ ਕਲਰਕ ਐਫਸੀਆਈ ਵਾਚਮੈਨ ਤੇ ਹੋਰ ਵੀ ਜੜੀਆਂ ਪੋਸਟਾਂ ਆਈਆਂ ਨੇ ਆਪਾਂ ਸਾਰਿਆਂ ਦੀ ਤਿਆਰੀ ਕਰਵਾਵਾਂਗੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾਗਾ ਤੇ ਆਪਣੇ ਦੋਸਤਾਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈਗਾ ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ